ਕਿਹੜਾ ਯਾਰ। ਸਤਿ ਸ਼੍ਰੀ ਅਕਾਲ ਜੀਜੂ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ ਜੀ? ਠੀਕ ਆ, ਵਧੀਆ। ਥਾਣੇ 'ਚ ਕਿਵੇਂ ਗਏ ਸੀਗੇ ਹੁਣ? ਉਹ ਥਾਣੇ 'ਚ ਤਾਂ ਕਿਵੇਂ ਜਾਣਾ ਸੀਗਾ, ਉਹ ਕੱਲ੍ਹ ਆ ਕੇ ਇਸ ਦਿਨ ਦੱਸੇ ਹੋਊਗਾ, ਅਤੇ ਉਹ ਬਸਤਾਓ ਜਿਹਾ ਛੱਡ ਗਏ ਸੀ ਇੱਥੇ। ਅੱਛਾ, ਉਰੇ ਰੱਖ ਗਏ ਸੀ ਉਹ? ਉਹ ਰੱਖੇ ਤਾਂ ਕਾਹਨੂੰ, ਉਹ ਫੜਾ ਗਏ ਅਤੇ ਮੈਂ ਖੋਲਿਆ ਸੀ ਉਹਨਾਂ ਤੋਂ, ਆਪ ਮੁੜ ਕੇ ਭੱਜ ਗਏ। ਮੈਂ ਮੁੜ ਕੇ ਉਹ ਕਰਾਉਣ ਗਿਆ ਸੀ ਜਮ੍ਹਾਂ। ਫਿਰ ਹੁਣ ਕਰਵਾਇਆ ਹੁੰਦਾ ਜਮ੍ਹਾਂ? ਜਮ੍ਹਾਂ ਤਾਂ ਕਰਾਤਾ। ਹੋਰ ਫਿਰ ਕੀ ਕਮੀ ਰਹਿ ਗਈ ਹਜੇ? ਕਮੀ ਤਾਂ ਇਹ ਰਹਿ ਗਈ ਹੁਣ, ਜਿੰਨਾ ਚਿਰ ਤੁਸੀਂ ਤੁਹਾਡੇ ਨਹੀਂ ਵਰਦੀ ਪੈਂਦੀ, ਉਨਾ ਚਿਰ ਮੈਂ ਸੀਨ ਪੇਂਟਿੰਗ ਰੱਖਤਾ। ਅੱਛਾ ਅੱਛਾ ਹਾਂ, ਤਾਂ ਤੁਹਾਡੀ ਵਰਦੀ ਪੈ ਜਾਏ ਇੱਕ ਦਿਨ ਨੂੰ, ਤੁਹਾਡੇ ਪੈ ਜਾਏ 2 ਦਿਨਾਂ ਨੂੰ, ਤੁਹਾਡੇ ਪੈ ਜਾਏ 3 ਦਿਨਾਂ ਨੂੰ, ਅਤੇ ਉਹ ਜਿਹੜਾ ਕੇਸ ਆ ਸੋਨੀ ਸਮਾਉਣਾ ਗਾ। ਠੀਕ ਹੈ ਜੀ, ਬਸ ਉਹਨੇ ਫਿਰ ਐਨੀ ਪੇਂਟਿੰਗ ਛੇਤੀ ਕਰੋ। ਵਰਦੀ ਕਿਵੇਂ ਪੈ ਜੂਗੀ? ਉਹ ਮੇਰੇ ਤੇ ਛੱਡ ਦੇ। ਠੀਕ ਹੈ ਜੀ, ਐਂ ਤਾਂ ਤੁਹਾਡੇ ਤੇ ਮਾਣ ਆ ਬਸ ਸਾਨੂੰ ਫਿਰ। ਪੂਰਾ, ਤੇ ਹਾਂ, ਕੱਲ ਬਹੁਤ ਵਧੀਆ ਹੋ ਗਿਆ, ਤੁਸੀਂ ਬਚ ਗਏ। ਮੈਂ ਤਾਂ ਬਹੁਤ ਸ਼ੁਕਰ ਮਨਾਇਆ ਰੱਬ ਦਾ। ਮੈਂ ਤੁਹਾਨੂੰ ਕੱਲਾ ਪੇਪਰ ਕੱਢਣ ਨੂੰ ਗਿਆ ਸੀਗਾ, ਉਸ ਤੋਂ ਬਾਅਦ ਮੈਂ ਜਾਣਾ ਮੇਰਾ ਕੰਮ ਜਾਣੇ, ਵੀ ਪੇਪਰ ਦੇ ਵਿੱਚ ਕੋਈ ਸਵਾਰਸ ਨਹੀਂ। ਉਹਨਾਂ ਨੇ ਪਹਿਲਾਂ ਕਹਿਤਾ ਸੀ ਵੀ 27 ਵਾਲੀ ਆ, ਪੇਪਰ ਤੁਸੀਂ ਕੱਢਤਾ, ਤੁਹਾਡਾ ਕੰਮ ਹੋ ਗਿਆ, ਹੁਣ ਕੰਮ ਮੇਰਾ ਰਹਿ ਗਿਆ। ਅਸੀਂ ਜੀਜੂ ਮਿਹਨਤ ਵੀ ਬਹੁਤ ਜ਼ਿਆਦਾ ਕੀਤੀ ਸੀ, ਪੇਪਰ 'ਚ ਵੈਸੇ ਨੰਬਰ ਬਹੁਤ ਵਧੀਆ ਆਏ ਨੇ ਸਾਡੇ। ਬਸ ਆਹੀ ਕੰਮ ਜਿਹੜਾ ਤੁਹਾਡਾ, ਆਹ ਕੰਮ 3 ਮਹੀਨੇ ਨੂੰ ਹੋਣਾ ਸੀ ਜਾਂ 4 ਨੂੰ ਹੋਣਾ ਸੀਗਾ, ਇਹ ਮੈਂ 5-4 ਦਿਨਾਂ 'ਚ ਕਰਾ ਦੂੰ, ਤੁਸੀਂ ਮੇਰੇ ਤੇ ਛੱਡ ਦਿਓ। ਬਸ ਠੀਕ ਹੈ ਜੀ, ਬਸ ਇਹ ਕੰਮ ਹੋ ਜਾਏ ਆਪਣਾ, ਤੇ ਜਿੰਨੇ ਵੀ ਦੁਸ਼ਮਣ ਨੇ ਨਾ, ਬਸ ਉਹਨਾਂ ਨੂੰ ਤਾਂ ਫਿਰ ਆਪਾਂ ਆਪੇ ਸੰਭਾਲ ਲਾਂਗੇ। ਬਸ ਸੰਭਾਲ ਲਈ ਲੈ, ਪਰਮਾਤਮਾ ਦਾ ਹੱਥ ਤਾਂ ਹੈਗਾ ਹੀ ਸਿਰ ਤੇ, ਤੇ ਹੁਣ ਤੁਹਾਡਾ ਹੱਥ ਹੋਣਾ ਚਾਹੀਦਾ ਸਾਡੇ ਸਿਰ ਤੇ। ਕੋਈ ਨਹੀਂ, ਬਸ ਕੱਲ ਨੂੰ ਵੋਟਾਂ ਜੀ ਪਾਈ ਜਾਣਗੀਆਂ, ਕੰਮ ਨਿਬੜ ਜੂਗਾ, ਨਾਲੇ ਮੇਰੇ ਕੋਲ ਅਥਾਰਟੀ ਆ ਜੂਗੀ, ਉਸ ਤੋਂ ਬਾਅਦ ਤੁਹਾਡਾ ਕੰਮ ਪਹਿਲਾਂ ਕਰਕੇ ਨਾ, ਉਸ ਤੋਂ ਬਾਅਦ ਘੜੀਸਰਾਂ ਤੇ ਕਰੀਤਾ, ਤੇ ਦੋਨਾਂ ਨੂੰ ਡਿਊਟੀ ਤੇ ਲਾਉਣਾ ਗਾ। ਪਹਿਲਾਂ ਮੇਨ ਮਾਸਟਰ ਤਾਂ ਮੇਰਾ ਇਹੀ ਹੈ, ਉਸ ਤੋਂ ਬਾਅਦ ਦੂਜਾ ਕੰਮ ਕਰੂੰਗਾ ਮੈਂ। ਸਹੀ ਗੱਲ ਆ ਜੀ, ਉੱਥੇ ਰਹਿ ਕੇ ਉਹ ਤੁਹਾਡੇ ਤੇ ਨਾ ਕਦੇ ਕੁਝ ਕਰਵਾ ਦਿੰਦੇ ਨੇ, ਕਦੇ ਕੁਝ ਕਰਾ ਦਿੰਦੇ ਨੇ, ਟੈਕ ਹੀ ਕਰਵਾਈ ਜਾਂਦੇ ਨੇ। ਕੋਈ ਨਹੀਂ, ਟੈਕ ਨਹੀਂ ਕਰਾਉਂਦੇ, ਟੈਕ ਤਾਂ ਹੁਣ ਉਹਨਾਂ ਦੇ ਹੋਊਗਾ ਜਦੋਂ ਉਹਨੂੰ ਪਤਾ ਲੱਗੇ ਵੀ ਆਹ ਕੀ ਹੋ ਗਿਆ। ਬਸ ਜੀਜੂ ਹੁਣ ਨਾ ਤੁਸੀਂ ਬਾਹਰ ਅੰਦਰ ਦੇਖ ਕੇ ਜਾਇਆ ਕਰੋ, ਤੁਸੀਂ ਵੀ ਬਸ ਇਕੱਲੇ ਤੁਰ ਜਾਂਦੇ ਹੋਗੇ, ਕਿੰਨੇ ਹੇਲੇ ਹੋ ਗਏ। ਚੱਲ ਕੋਈ ਗੱਲ ਨਹੀਂ, ਹੁਣ ਜੇ ਮੈਂ ਬਾਹਰ ਅੰਦਰ ਜਾਇਆ ਕਰੂੰ ਨਾ, ਨਾਲੇ ਆਪਣੇ ਨਾ ਸਿਕਿਉਰਿਟੀ ਕੋਈ ਚੱਜ ਦੀ ਲਾ ਦਿਓ ਵਧੀਆ, ਜਿਹਤੇ ਭਰੋਸਾ ਹੋਵੇ ਤੁਹਾਨੂੰ। ਉਹ ਸਿਕਿਉਰਿਟੀ ਤਾਂ ਹੁਣ ਵੀ ਲੱਗੀ ਸੀ, ਕੱਲ੍ਹ ਕਹਿੰਦਾ ਸਿਕਿਉਰਿਟੀ ਸੀ, ਘੜੀਸਰ ਆਉਣੇ ਫੋਨ ਕਰਤਾ ਗੇਟ ਵਾਲੇ ਨੂੰ, ਕਹਿੰਦਾ ਭੱਜ ਕੇ ਥਾਣੇ 'ਚ ਵਗ ਜਾ, ਕੋਈ ਬੰਦੇ ਆ ਗਿਆ ਬਸਾਤੇ। ਉਹ ਉੱਥੇ ਵਗ ਗਿਆ, ਕਹਿੰਦਾ ਦੱਸ ਗਈ ਸੀ, ਆਪ ਮੁੜ ਕੇ ਇੱਥੇ ਆ ਗਿਆ ਵੀ ਪਤਾ ਨਾ ਲੱਗ ਜਾਏ ਕਿਸੇ ਨੂੰ। ਜਾਣ ਕੇ ਫੋਨ ਕੀਤਾ ਸੀ ਉਹਨੂੰ ਵੀ ਇਹ ਪਰੇ ਹੋ ਜਾਊਗਾ ਤੇ ਅਸੀਂ ਘਰੇ ਵੜ ਜਾਾਂਗੇ। ਅਸੀਂ ਘਰੇ ਵਗ ਜਾਾਂਗੇ। ਕਿੰਨਾ ਜ਼ਿਆਦਾ ਸੋਚ ਸਮਝ ਕੇ ਕਰਦੇ ਨੇ ਕੰਮ, ਉਹ ਤਾਂ ਹਜੇ ਮੈਨੂੰ ਦੱਸਿਆ ਰਾਣੀ ਨੇ, ਕਹਿੰਦੀ ਜੱਗੇ ਨੂੰ ਗੋਲੀ ਨਹੀਂ ਚਲਾਉਣੀ ਆਉਂਦੀ ਸੀ, ਕਹਿੰਦੀ ਤਾਂ ਕਰਕੇ ਹੱਥ 'ਚ ਆ ਗਿਆ ਪਿਸਤੌਲ ਇੱਧਰ। ਉਹ ਐਂ ਨਹੀਂ ਨਾ, ਪਹਿਲਾਂ ਉਹ ਐਂ ਨਾ ਪਤਾ ਪੁੱਠਾ ਨਾ ਪਤਾ, ਉਹ ਗੋਲੀਆਂ ਨਿਕਲ ਗਈਆਂ, ਜੇ ਗੋਲੀਆਂ ਨਿਕਲੀਆਂ ਕੱਢ ਕੇ ਜੇਬ 'ਚ ਪਾ ਲੈਂਗੇ ਤੇ ਇੱਕ ਅੱਧੀ ਗੋਲੀ ਉਹ 'ਚ ਰਹਿ ਗਈ, ਤੇ ਬਾਅਦ 'ਚ ਜਦੋਂ ਐਂ ਕਰੀ ਜਾਵੇ ਤੇ ਕਿਹੜੀ ਸਰਾਮ ਨੂੰ ਕਹਿੰਦਾ ਕਿਵੇਂ ਚੱਲੂਗਾ, ਕਹਿੰਦਾ ਇਹਨੂੰ ਪੁੱਛਣਾ ਸਰਪੰਚ ਨੂੰ, ਉਹਨੇ ਤਾਂ ਉਹ ਕਿਹਾ ਸੀਗਾ, ਤੇ ਕਹਿੰਦਾ ਸਰਪੰਚ ਕਿਵੇਂ ਚੱਲੂਗਾ, ਮੈਨੂੰ ਫੜਾ ਦੇ, ਮੈਂ ਫੜ ਲਿਆ ਉਤੋਂ। ਤੁਸੀਂ ਵੀ ਬਹੁਤ ਹੁਸ਼ਿਆਰ ਰਹੇ, ਤੇ ਹੋਰ ਵਧੀਆ, ਇਹੋ ਜਿਹੇ ਕੰਮ ਤੋਂ ਵੈਸੇ ਵੀ ਤੁਸੀਂ ਹੁਸ਼ਿਆਰ ਹੋ, ਛੋਟੇ ਹੁੰਦੇ ਵੀ ਐਂ ਫੜ ਲੈਂਦੇ ਸੀ ਤੁਸੀਂ ਪਿਸਤੌਲ। ਚੱਲ ਕੋਈ ਨਹੀਂ, ਜੇ ਪਰਮਾਤਮਾ ਰੱਖਦਾ ਨਾ, ਦੱਸਦੀ ਹੁੰਦੀ ਸੀ ਮੈਨੂੰ ਤਾਈ। ਉਹ ਇਹ ਜਿਹੜਾ ਕੁਝ ਕਰਦਾ ਨਾ ਪਰਮਾਤਮਾ ਹੀ ਕਰਦਾ, ਚੰਗੇ ਨਹੀਂ ਕਰਦਾਗਾ। ਸਹੀ ਗੱਲ ਹੈ ਜੀਜੂ, ਚਲੋ ਠੀਕ ਹੈ ਜੀਜੂ, ਚੰਗਾ ਮੈਂ ਚੱਲਦੀ ਹਾਂ ਜੀ, ਮੈਂ ਤਾਂ ਤੁਹਾਡਾ ਪਤਾ ਲੈਣ ਹੀ ਆਈ ਸੀਗੀ, ਮਾਂ ਥਾਣੇ 'ਚ ਦੁਆਰੇ ਕਾਹਦੇ ਲਈ ਵਗ ਗਏ ਤੁਸੀਂ? ਉਹ ਥਾਣੇ 'ਚ ਤਾਂ ਮੈਂ ਤਾਂ ਹੀ ਗਿਆ ਸੀ ਨਾ, ਇਹ ਜ਼ਰੂਰੀ ਹੁੰਦਾ, ਕੱਲ੍ਹ ਨੂੰ ਆਹ ਗੱਲ ਤੈਨੂੰ ਪਤਾ ਹੀ ਹੈ, ਗੱਲ ਉਲਟੀ ਬਣ ਜਾਂਦੀ ਹੈ। ਸਹੀ ਗੱਲ ਹੈ, ਤਾਂ ਤੁਹਾਡੇ ਦੀ ਪੈ ਜਾਣਾ ਸੀ, ਕਿਸ ਨਾਲੇ ਇਹ ਜਾਸਲਾ ਤਾਂ ਰੱਖੀਦਾ ਹੀ ਨਹੀਂ ਹੁੰਦਾ। ਉਹਦਾ ਕੀ ਪਤਾ, ਜਾ ਕੇ ਉੱਥੇ ਕਹਿੰਦਾ ਜੀ ਸਰਪੰਚ ਨੇ ਮੇਰਾ ਪਿਸਤੌਲ ਖੋਲਿਆ, ਮੈਨੂੰ ਮਾਰਨ ਨੂੰ ਪੈ ਗਿਆ, ਉਹਨੂੰ ਤਾਂ ਗੱਲ ਬਣਾਉਣੀ ਹੁੰਦੀ ਹੈ ਨਾ। ਸਹੀ ਗੱਲ ਹੈ ਜੀ, ਵੀ ਇਹਨਾਂ ਨੇ ਉਹ ਕੀਤਾ, ਇਹਨਾਂ ਕੋਲੇ ਸੌ ਕੁਛ, ਉਹ ਤਾਂ ਵਧੀਆ ਹੋਗਾ, ਤੁਸੀਂ ਮੌਕੇ 'ਤੇ ਵਗ ਗਏ ਜਮ੍ਹਾਂ ਕਰਵਾਉਣ। ਆਪਾਂ ਤਾਂ ਹੀ ਉਹਦੀ ਗਿਆ, ਅਤੇ ਨਾਲੇ ਮੈਂ ਜਵਾਕ ਪਹਿਲਾਂ ਜਵਾਕਾਂ ਦਾ ਕੰਮ ਨਿਬੇੜਿਆ, ਜਵਾਕ ਵੀ ਟਾਲ ਦੀ ਮੈਂ ਟਿਕਾਣੇ 'ਚ ਲਾਤੇ, ਅਤੇ ਇਹ ਵੀ ਕਰਤਾ। ਚੱਲ ਬਸ ਬੱਚਿਆਂ ਨੂੰ ਤਾਂ ਨਾ ਜੀਜੂ ਲੈ ਕੇ ਨਾ ਆਇਓ ਹੁਣ, ਤੁਸੀਂ ਉੱਥੇ ਰੱਖੋ, ਕਿਉਂਕਿ ਇਹ ਤਾਂ ਹੁਣ ਆਪਣੇ ਮਗਰ ਪੈ ਰਹੇ ਨੇਗੇ। ਉਹ ਜਵਾਕ ਮੈਂ ਕਾਹਨੂੰ ਲਿਆਉਂਦੇ ਸੀ, ਜਵਾਕ ਤਾਂ ਬਸ ਉਹਦੇ ਆ ਗਏ ਮਿਲਣ, ਆਪ ਹੀ ਛੱਡ ਗਈ। ਚੱਲ ਕੋਈ ਨਾ, ਹਜੇ ਹੁਸ਼ਿਆਰ ਹੋ ਜਾਂਦੇ ਉਹਨਾਂ ਨੂੰ, ਫਿਰ ਲੈ ਆਇਓ, ਹਜੇ ਨਾ ਲੈ ਕੇ, ਉਹ ਹਜੇ ਨਿਆਣੇ ਨੇ ਉਹ। ਨਹੀਂ ਹੁਣ ਨਹੀਂ ਲਿਆਉਂਦੇ, ਉੱਥੇ ਵਧੀਆ ਸੇਫ ਨੇ ਉਹ।
ਇਹੀ ਗਲਤੀ ਮੁੜ ਕੇ ਨਹੀਂ ਕਰਦੇ। ਬਸ ਜਿੱਦੇ ਜੀ ਕਰਦਾ ਉਹ ਮਿਲ ਆਇਆ ਕਰੋ ਜਾ ਕੇ। ਚੱਲ ਠੀਕ ਹੈ ਜੀਜੂ, ਮੈਂ ਵੀ ਚੱਲਦੀ ਹਾਂ ਕੰਮ ਧੰਦੇ ਪਏ ਨੇ ਕਰਨ ਵਾਲੇ, ਮੈਂ ਤਾਂ ਪਤਾ ਲੈਣੀ ਆਈ ਸੀ ਬਸ। ਚੱਲ ਕੋਈ ਨਹੀਂ, ਇਹ ਵੀ ਵਿਚਾਰੀ ਆਉਂਦੀ ਤਾਂ ਹੈਗੀ ਹੈ, ਚੱਲ ਕੋਈ ਗੱਲ ਨਹੀਂ। ਕਹਿੰਦੇ ਹੁੰਦੇ ਆ ਜਿਹਨੇ ਸੁਧਰਨਾ ਨਾ ਸੁਧਰ ਹੀ ਜਾਂਦਾ ਲੈ, ਇਹ ਵੀ ਹੁਣ ਸੁਧਰੀ ਗਈ ਅਤੇ ਉਹ ਗਾਹਾਂ ਸੁਧਰੀ ਸੁਧਰੀ ਉਹ ਵਿਗੜ ਗਈ। ਸਹੀ ਗੱਲ ਆ ਜ਼ਿੰਦਗੀ ਦਾ, ਕਹਿੰਦੇ ਪਤਾ ਨਹੀਂ ਹੁੰਦਾ ਕਿਹੜੇ ਮੋੜ 'ਤੇ ਜਾ ਕੇ ਬੰਦਾ ਬਦਲ ਜੇ, ਉਹ ਗੱਲ ਹੈ। ਸਮੁੰਦਰ ਪੈਸੇ ਦਾ ਪੈਸਾ, ਪਤੰਦਰਾ ਤੂੰ ਭੁੱਖੇ ਦਾ ਭੁੱਖਾ, ਤੂੰ ਮੇਰੀ ਗੱਲ ਸੁਣ ਭਰਾਵਾ, ਮੇਰੇ ਕੋਲ ਤਾਂ ਸਿੱਧੀ ਜੀ ਗੱਲ ਆ, ਤੂੰ ਭੋਗ ਭੂਗ ਦਾ ਪਤਾ ਕਰ ਲਿਆ ਕਰ, ਇੱਥੇ ਗੁਰਦੁਆਰੇ ਦੇ ਬਾਰੇ ਚ ਭੋਗ ਭਾਗ ਜਿੱਥੇ ਜਾਇਆ ਕਰ, ਮੇਰੇ ਸਮਝੋ ਬਾਰਾ ਕਰਾ ਕੰਮ ਕੀ ਕਰਾਂ ਮੈਂ, ਭੁੱਖੀ ਬਹੁਤ ਲੱਗ ਰਹੀ, ਇਹਦਾ ਹੱਲ ਕੱਢ ਕੋਈ। ਕੱਲੀ ਭੁੱਖੀ ਲੱਗ ਰਹੀ ਆ, ਕੋਈ ਹੋਰ ਕੰਮ ਵਾਲਾ ਤੂੰ ਹੈ? ਹੋਰ ਫਿਰ ਕੰਮ ਵਾਲਾ, ਮੈਨੂੰ ਟ੍ਰੇਨਿੰਗ ਦਿਓ, ਪਿਸਤੌਲ ਦੀ ਟ੍ਰੇਨਿੰਗ ਦਿਓ ਮੈਨੂੰ, ਹੋਰ ਟ੍ਰੇਨਿੰਗ ਦਿਓ ਮੈਨੂੰ, ਫੇਰ ਹੀ ਮੈਂ ਤਾਂ ਹੀ ਤਾਂ ਤੁਹਾਡੇ ਨਾਲ ਰਿਹਾ ਮੈਂ। ਠੀਕ ਹੈ, ਹੁਣ ਤੈਨੂੰ ਮੈਂ ਪਹਿਲਾਂ ਪਿਸਤੌਲ ਚਲਾਉਣਾ ਸਿਖਾਵਾਂ। ਹਾਂ ਪਿਸਤੌਲ, ਠੀਕ ਹੈ ਸਮਝ ਗਿਆ। ਹੁਣ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਓਏ, ਤੈਨੂੰ ਪਹਿਲੀ ਵਾਰ ਅਸੀਂ ਕੰਮ ਤੇ ਲੈ ਕੇ ਗਏ ਸੀਗੇ ਵੀ ਤੂੰ ਚੱਲ ਉੱਥੇ ਨਾਲ, ਵੀ ਤੈਨੂੰ ਕੀ ਕਿਹਾ ਸੀਗਾ ਆਪਣਾ ਵੀ ਜਵਾਕ ਤੂੰ ਚੱਕਣਿਆ ਗੋਲੀ ਮੈਂ ਚਲਾਉਂਗਾ, ਤੇਰੇ ਤੂੜੀ ਵਾਲੇ ਦਿਮਾਗ 'ਚ ਕੀ ਸੁਣਿਆ ਤੈਨੂੰ, ਗੋਲੀ ਮੈਂ ਚਲਾਉਂਗਾ ਤੁਸੀਂ ਜਵਾਕ ਚੱਕੋਗੇ, ਉਹ ਚੱਲ ਤੈਨੂੰ ਗੋਲੀ ਵੀ ਚਲਾਉਣ ਨੂੰ ਦੇਤੀ ਸੀ, ਚਲਾ ਤਾਂ ਦਿੰਦਾ। ਚੱਲੀ ਨਹੀਂ ਭੈਣ ਦੀਦੀ ਮੁੱਖੀ ਤੇ, ਉਹ ਤਾਂ ਫਿਰ ਤੂੰ ਕਹਿੰਦਾ ਵੀ ਸਰਪੰਚ ਤੋਂ ਚਲਾ ਲਾ, ਮੈਂ ਤਾਂ ਸਰਪੰਚ ਨੂੰ ਫੜਾਤੀ, ਆਪ ਨੂੰ ਭੱਜਣਾ ਪੈ ਗਿਆ ਭੈਣ। ਓਏ ਬਾਬਾ ਗੁਰੂ ਤੈਨੂੰ ਐ ਨਹੀਂ ਕਿਹਾ ਸੀ, ਮੈਂ ਤੈਨੂੰ ਗੁੱਸੇ 'ਚ ਕਿਹਾ ਸੀ, ਗੁੱਸੇ 'ਚ ਹੋਰ ਮੈਂ ਕੰਧ 'ਚ ਸਿਰ ਮਾਰਾਂ ਉੱਥੇ ਜਾ ਕੇ, ਮੈਨੂੰ ਫਿਰ ਐਂ ਹੋ ਗਿਆ ਵੀ ਕਿਤੇ ਸੱਚੀ ਉਹ ਫੜਾ ਦੇ, ਹੋਰ ਹੀ ਬਾਕੀ ਸਰਪੰਚ ਦੀ ਖੋਣ ਦੀ ਵੀ ਅੱਖ ਸੀ, ਮੈਂ ਉਹਨੂੰ ਆਪਣੇ ਆਪ ਹੀ ਫੜਾਤੀ। ਹਾਂ ਹਾਂ ਠੀਕ ਆ, ਤੇਰੇ ਕਹਿਣ ਦਾ ਮਤਲਬ ਐਵੇਂ ਆ, ਪਹਿਲਾਂ ਵੀ ਅੱਛਾ ਗੋਲੀ ਚੱਲਦੀ ਹਨਾ, ਫਿਰ ਉਹ ਤੈਨੂੰ ਪੁੱਛਦੀ ਵੀ ਜੱਗਾ ਜੀ ਮੈਂ ਚੱਲ ਪਾ ਹਨਾ। ਕੱਲ ਗੋਲੀਆਂ ਮੇਰੇ ਵੀ ਕੋਲ ਦੀ ਲੰਘੀ ਛੂ ਦੇਣੇ, ਕੱਲ ਫੈਰ ਬਹੁਤ ਕਰੇ ਸਰਪੰਚ ਨੇ ਸਾਡੇ, ਤੇਰੇ ਤਾਂ ਗੋਲੀ ਨਹੀਂ ਅੱਡਾ ਗੋਲਾ ਮਾਰਨਾ ਪਊਗਾ, ਫੇਰ ਤੈਨੂੰ ਕੁਛ ਹੋਊਗਾ। ਤੂੰ ਰੋਟੀ ਰਾਟੀ ਦਾ ਦੱਸ ਕਾਕਾ ਕਰ, ਰੋਟੀ ਰੋਟੀ ਦਾ ਭਰਾਵਾ ਤੇਰੇ ਆਹ ਮੂਰੇ ਬੰਨੇ ਹੱਥ, ਠੀਕ ਹੈ ਮੈਂ ਤਾਂ ਕਣਕ ਮੁੱਲ ਮਾਲ ਲੈਂਦਾ ਨਹੀਂ, ਮੈਂ ਤਾਂ ਲਿਆਉਣਾ ਦੂਜਾ ਆਟਾ। ਅੱਛਾ ਪੈਕਟ ਵਾਲਾ? ਅੱਛਾ ਨਾ, ਮੈਂ ਰੋਟੀ ਮੈਂ ਤਾਂ ਘੱਟ ਹੀ ਖਾਂਦਾ, ਮੈਂ ਤਾਂ ਬਾਹਰੋਂ ਖਾ ਜਾਣਾ ਹੁੰਦਾ, ਤੇ ਉਹ ਤੇਰੇ ਵਾਸਤੇ ਮੈਨੂੰ ਲੱਗਦਾ ਅੱਧਾ ਟਰੈਕਰ ਹੋਣਾ ਪਊ, ਉਹ ਥੈਲੇ ਲੈ ਲੈਂਦਾ ਤੈਨੂੰ ਹੱਲ। ਫਿਰ ਕੋਈ ਨਾ ਕੋਈ ਤਾਂ ਰੋਟੀ ਦਾ ਭੁੱਖ ਹੋਰ ਲੱਗ ਰਹੀ ਹੈ, ਦਾਲ ਦੂਲ ਕਦੀ ਅੱਜ? ਫਿਰ ਦਾਲ ਕਾਦੀ ਖਾਣਾ ਤੂੰ ਜ਼ਿਆਦਾ? ਕੋਈ ਹੋਵੇ ਮੈਂ ਤਾਂ ਕੁਛ ਸਾਰੀ ਚੱਲੇ। ਠੀਕ ਆ ਵੀ ਖਾਲਾ ਦਾ ਤੌੜਾ ਬਣਿਆ ਹੋਇਆ ਤੂੰ, ਕੁਛ ਮਰਜ਼ੀ ਕਰ। ਓਹੋ ਹੱਸਦਾ ਤੇਰੀ ਬੇਇੱਜ਼ਤੀ ਕਰਦਾ ਮੈਂ? ਨਹੀਂ ਮੈਨੂੰ ਮੇਰੇ ਚਿਹਰੇ ਹੀ ਇਹ ਹੈ, ਮੈਂ ਫੀਲ ਨਹੀਂ ਹੁੰਦੀ ਬੇਇੱਜ਼ਤੀ ਨਾ, ਕੋਈ ਫਾਇਦਾ ਨਹੀਂ। ਠੀਕ ਆ ਸਮਝ ਗਿਆ, ਹੁਣ ਤਾਂ ਮੈਂ ਤੂੰ ਮੇਰੀ ਗੱਲ ਸੁਣ, ਤੂੰ ਮਾੜਾ ਮੋਟਾ ਚੱਲ ਤੈਨੂੰ ਮੈਂ ਮਾਫ ਕੀਤਾ ਯਾਰ, ਤੂੰ ਜਿਹੜਾ ਕੁਛ ਕਰਨਾ ਸੀ ਕਰ ਗਿਆ, ਆਪਣਾ ਕੋਈ ਨੁਕਸਾਨ ਨਹੀਂ ਹੋਇਆ ਅਜੇ ਤੱਕ। ਅੱਛਾ ਤੇ ਨਹੀਂ ਜਿੱਤੇ ਮੈਂ ਸੁਣਦਾ ਵੀ ਨਹੀਂ ਮੇਰੇ ਤੇ ਕੋਈ ਸ਼ਾਇਦ ਇਨਕੁਆਇਰੀ ਵਗੈਰਾ ਹੋਣ ਬਾਰੇ ਜਾਂ ਕਿਸੇ ਨੇ ਗੱਲ ਕੀਤੀ ਆ, ਵੀ ਹਜੇ ਤੱਕ ਸਾਰਾ ਕੁਛ ਠੀਕ ਆ ਤੇ ਅੱਗੇ ਤੋਂ ਬਾਈ ਬਣ ਕੇ ਧਿਆਨ ਰੱਖਿਆ ਕਰ, ਠੀਕ ਆ? ਤੁਸੀਂ ਮੈਨੂੰ ਟ੍ਰੇਨਿੰਗ ਦਿਓ, ਸਿਖਾਓ ਵੀ ਐਂ ਗੱਲਾਂ ਨਹੀਂ ਕਰਨੀਆਂ, ਐਂ ਕਰਨੀਆਂ ਫਿਰ ਮੈਂ ਤੁਹਾਡੇ ਨਾਲ ਮਾਰ ਹੀ ਨਹੀਂ ਖਾਂਦਾ ਫਿਰ ਮੈਂ। ਮੈਂ ਤਾਂ ਗੱਲ ਐਂ ਕਰਦਾ ਜੇ ਤੇਰੀ ਬਾਰਡਰ ਬੂਡਰ ਤੇ ਡਿਊਟੀ ਹੋਵੇ ਫਿਰ ਉੱਥੇ ਦਾ ਬਸ ਕੰਮ ਤਮਾਮ ਹੋ ਜੇ। ਹਾਂ ਤੂੰ ਤਾਂ ਆਪਣੇ ਨਾਲ ਮਾਰ ਦੇਗਾ। ਹਾਂ ਬਾਹਰ ਲੈ ਤਾਂ ਕੀ ਉਹ ਕਰਨਾਗਾ? ਸਹੀ ਗੱਲ ਹੈ, ਸਹੀ ਗੱਲ ਹੈ, ਨਾਲੇ ਹੋਰ ਮਾੜਾ ਮੋਟਾ ਦਿਮਾਗ ਤੋਂ ਕੰਮ ਲਿਆ ਕਰ, ਜੇ ਆਪਾਂ ਆਪਣੀ ਆਪਸ ਚ ਗੱਲ ਹੈ ਠੀਕ ਹੈ, ਤੂੰ ਆਪਣੇ ਪੱਖ ਚ ਬੋਲਣਾ ਠੀਕ ਹੈ, ਜਿਹੜਾ ਆਪਣੇ ਮੂਹਰੇ ਹੁੰਦਾ ਉਹ ਹਮੇਸ਼ਾ ਆਪਣੇ ਵਿਰੋਧੀ ਬੰਦਾ ਹੁੰਦਾ, ਠੀਕ ਹੈ, ਉਹਦੇ ਪੱਖ ਚ ਕਦੇ ਗੱਲ ਨਹੀਂ ਕਰਨੀ, ਉਹ ਬੰਦੇ ਦੀ ਅੱਖ ਪੜਨੀ ਹੈ, ਪਰ ਤੈਨੂੰ ਕੀ ਮੈਂ ਸਮਝਾਈਏ ਨਾ। ਆਪਣੇ ਨਾਲ ਇੱਕ ਹੋਰ ਸੀ ਕਰਮਜੀਤ, ਉਹ ਕਿੱਧਰ ਗਿਆ ਅੱਜ? ਹੋਰ ਸੀ ਕਰਮਜੀਤ, ਐਡੀਸੀ ਦੀ ਭੁੱਲ ਵੀ ਗਿਆ ਵੀ ਆਪਣਾ ਖਾਸਤਾ ਬੰਦਾ ਉਹ? ਹਾਂ ਮਹਾ ਜਾਇਆ ਨਹੀਂ, ਉਹ ਕਹਿੰਦਾ ਮੈਂ ਮੱਥਾ ਟੇਕ ਕੇ ਆਉਣਾ ਪਤਾ ਨਹੀਂ ਕਿੱਥੇ, ਕਹਿੰਦਾ
ਅੱਛਾ ਹੁਣ ਉਹ ਵੀ ਫਿਰ ਆਇਆ ਨਾ ਲੋਕਾਂ ਮੂਹਰੇ ਭਲਾ ਬਣਿਆ ਹੋਇਆ ਬੰਦਾ। ਅੱਛਾ ਵੀ ਕਿਸੇ ਨੂੰ ਸ਼ੱਕ ਨਾ ਹੋਵੇ, ਸ਼ੱਕ ਨਾ ਹੋਵੇ ਤੇ ਪੁੰਨ ਵੀ ਨਾਲ ਨਾਲ ਕਰਨੇ ਪੈਂਦੇ ਆ ਨਾ। ਸਹੀ ਗੱਲ ਹੈ, ਹਾਂ ਕਿਹਾ ਤਾਂ ਇਹ ਤਾਂ ਹੈਗੀ ਆ ਗੱਲ, ਸਹੀ ਗੱਲ ਹੈ। ਤੇਰੇ ਨਾਲ 100 ਗੁਣਾ ਸ਼ਹਿਰ ਬੰਦਾ ਉਹ, ਨਾਲੇ ਸ਼ਹਿਰ ਤਾਂ ਹੈ ਕੰਮ ਦਾ ਬੰਦਾ ਗਾ ਉਹ। ਹਾਂ ਬੰਦਾ ਤਾਂ ਲੱਗਦਾ ਉਸੇ ਨਾਲ ਹੀ ਹੁਣ ਉਹੀ ਗੁਰੂ ਜਿਹੜਾ ਕੁਝ ਕਰਨਾ ਹੋਇਆ। ਸਹੀ ਗੱਲ ਹੈ, ਹੁਣ ਮੈਂ ਤਾਂ ਬਾਹਰ ਅੰਦਰ ਜਾ ਨਹੀਂ ਸਕਦਾ ਦੇਖ, ਕਿਉਂਕਿ ਸਰਪੰਚ ਨੇ ਸਾਨੂੰ ਦੇਖ ਤਾਂ ਲਿਆ। ਉਹ ਨਾਲੇ ਕਰਮਜੀਤ ਦਾ ਕੀ ਆ ਜੀ, ਮੇਰਾ ਲੋਟ ਆ ਗਿਆ। ਚੱਲ ਤੇਰੇ ਕੋਲ ਤਾਂ ਗੱਲ ਦੱਸਿਆ ਹੀ ਨਾ, ਚੱਲ ਉਹ ਤਾਂ ਠੀਕ ਹੈ, ਕੋਈ ਗੱਲ ਨਹੀਂ। ਪੈਸਿਆਂ ਦਾ ਬੰਦਾ ਕਰਮਜੀਤ ਬਹੁਤ ਚੱਲਦੀ ਆ ਉਹਦੀ, ਉਹ ਚੱਲਦੀ ਕਿੱਥੇ, ਦਾਲ ਤੋਂ ਪੁੱਛ ਕੇ ਨਹੀਂ ਧਰਦੇ ਘਰੇ ਉਹਦੀ ਘਰਵਾਲੀ, ਵੀ ਕਾਹਦੀ ਧਰਨੀ ਹੈ, ਇੱਥੋਂ ਕਿੱਥੋਂ ਚੱਲਦੀ ਹੋਊਗੀ। ਮੈਨੂੰ ਪੱਕਾ ਯਕੀਨ ਹੈ, ਮੈਨੂੰ ਯਾਰ ਪੈਸਿਆਂ ਦਾ ਉਹ ਆ ਮੇਰਾ, ਪੰਜਰ ਦਾ ਕਿਤੇ ਗਦਾਰੀ ਗਦੂਰੀ ਨਾ ਕਰਜੇ, ਉਹ ਦੇਣ ਲੈਣ ਦੇ ਮਾਮਲੇ 'ਚ ਨਾ ਇਹੋ ਜਿਹਾ ਬੰਦਾ, ਉਹ ਭਰੋਸੇਯੋਗ ਹੈ ਨਹੀਂ ਗਾ, ਮੈਨੂੰ ਯਕੀਨ ਜਿਹਾ ਘੱਟ ਹੀ ਆ ਉਹਤੇ। ਚੱਲਦੀ ਤਾਂ ਮੇਰੀ ਹੈ, ਜੇ ਮੈਂ ਰੋਟੀਆਂ ਕਹਿੰਦਾ ਨਾ ਫਟਾਫਟ ਆਉਂਦੀਆਂ ਨੇ ਰੋਟੀਆਂ, ਮੇਰੀ ਚੱਲਦੀ ਆ ਮੇਰੀ ਘਰੇ ਚੱਲਦੀ ਹੈ ਤੇਰੀ। ਹਾਂ ਤੇਰੀ ਘਰ ਵਾਲੀ ਦੇਖੀ ਨਹੀਂ ਕਦੇ, ਦਿਖਾਈ ਮਾੜੀ ਕਿਹੋ ਜਿਹੀ ਹੈ, ਦੇਖਣੀ ਆ ਮਤਲਬ। ਹਾਂ ਮੈਂ ਕਦੇ, ਕੋਈ ਗੱਲ ਨਹੀਂ, ਜੇ ਟਾਈਮ ਲੱਗ ਗਿਆ ਆਵਾਂਗੇ ਹਵੇਲੀ 'ਚ ਕਦੇ। ਹਾਂ ਹਾਂ ਆ ਜਾਓ ਜਦੋਂ ਮਰਜ਼ੀ ਆ ਜਾਓ, 40 ਦੀਆਂ 40 ਰੋਟੀਆਂ ਆਉਣੀਆਂ। ਉਹ ਭਰਾਵਾ ਮੈਂ ਤਾਂ ਬਸ ਕਰ 40 ਚੂਈ ਜਾਈ, ਮੈਂ ਮੈਥੋਂ ਨਹੀਂ ਖਾਧੀ ਜਾਂਦੀਆਂ, ਅਸੀਂ ਤਾਂ 2 ਰੋਟੀਆਂ ਖਾਣ ਦੇ ਸ਼ੌਕੀਨ ਆ। ਅੱਛਾ ਜੇ ਮੁਰਗਾ ਹੋਵੇ ਫਿਰ ਇੱਕ ਖਾ ਲੈਂਦੇ, ਫਿਰ ਮੁਰਗਾ ਜ਼ਿਆਦਾ ਖਾਂਦੇ, ਫਿਰ ਤਾਂ ਮੁਰਗਾ ਹੀ ਜ਼ਿਆਦਾ ਖਾਧਾ ਜਾਂਦਾ, ਰੋਟੀ ਤਾਂ ਫਿਰ ਖਾਧੀ ਨਹੀਂ ਜਾਂਦੀ। ਖਾ ਲੈਂਦਾ ਮੁਰਗਾ? ਮੈਂ ਨਹੀਂ ਖਾਂਦਾ। ਕਿਉਂ ਨਾ? ਮੈਨੂੰ ਇਹ ਨਾ ਸਮੋਸਾ ਬ੍ਰੈਡ ਮੀਟ ਮੈਨੂੰ ਨਾ, ਫਿਰ ਅੰਡਾ ਭਾਈਓ। ਮੈਂ ਕਿਹਾ ਪੋਲਟਰੀ ਫਾਰਮਾਂ 'ਚ ਮੁਰਗੇ ਨੇ ਆਮ ਕਿਉਂ ਪਿਆ? ਤਾਂ ਹੀ ਹੋਇਆ, ਮੈਨੂੰ ਤਾਂ ਰਾਜੀ ਨਾ ਹੋਵੇ ਮੇਰਾ ਤਾਂ ਜੇ ਮੈਂ ਖਾਣ ਲੱਗੇ। ਸਹੀ ਗੱਲ ਆ, ਮੈਂ ਤਾਂ ਐਂ, ਤੂੰ ਤਾਂ ਐਂ ਕਰਿਆ ਕਰ ਫਿਰ, ਜੇ ਤੂੰ ਖਾਣਾ ਵੀ ਹੁੰਦਾ ਨਾ ਕੱਟਾ ਕੁੱਟਾ ਖਾ ਜਾ ਕਰ, ਸਾਬ ਤਾਂ ਤੰਦੂਰੀ ਕੱਟਾ ਸਾਬ ਤਾਂ ਲਵਾ ਲਿਆ। ਨਹੀਂ ਕੱਟਾ ਵੀ ਨਹੀਂ ਖਾਂਦਾ ਮੈਂ ਤਾਂ ਕੋਈ ਮੀਟ ਕੋਈ ਖਾਂਦੇ ਹੀ ਨਹੀਂ। ਉਹ ਤੇਰੀ ਮਰਜ਼ੀ ਆ। ਹਾਂ ਸਾਲਾ ਮੈਨੂੰ ਸ਼ੱਕ ਆਏ ਹੋਈ ਜਾਂਦਾ, 40 ਰੋਟੀਆਂ ਖਾਂਦਾ ਹਾਂ, ਸਵੇਰੇ ਫੋੜੇ ਵਾਲੇ ਕਿੰਨੇ ਖੜਦੇ ਹੋਣਗੇ ਪਿੱਛੇ। ਤੇ ਮੇਰੀ ਗੱਲ ਸੁਣ, ਹੁਣ ਤੂੰ ਘਰੇ ਜਾਏਗਾ ਆਪਦੇ? ਮੈਂ ਨਹੀਂ ਜਾਂਦਾ ਜੁੰਦਾ। ਕਿਉਂ? ਮੈਨੂੰ, ਮੈਂ ਤਾਂ ਤੇਰੇ ਹੱਕ ਦਾ ਤਵੀਤ ਬਣੂਗਾ। ਜਾਓ ਭਰਾਵਾ, ਹੁਣ ਤਾਂ ਤੂੰ ਹੋਰੂੰ ਜਿਹਾ ਲੱਗਦਾ। ਨਹੀਂ ਹੋਰੂੰ ਜਿਹਾ ਤਾਂ ਨਹੀਂ, ਮੈਂ ਤਾਂ ਇੱਥੇ ਮੈਨੂੰ ਟ੍ਰੇਨਿੰਗ ਦਿਓ, ਮੈਨੂੰ ਸਿਖਾਓ ਕੁਛ ਵੀ। ਪਰ ਹਾਂ ਕਹਿਣਾ ਇਹ ਕੁੱਕ ਜਿਹੀ ਤਵੀਤ ਜੇ ਕੀ ਕਹੀ ਇਹਨਾਂ। ਉਹ ਤਾਂ ਮੈਂ ਬਣਨਾ ਵੀ ਚਾਹੁੰਦਾ ਵੈਸੇ ਇੱਕ ਦਾ ਤਵੀਤ। ਰਹਿਣ ਦੇ ਭਰਾਵਾ, ਇਹ ਗਾਣੇ ਗਾਉਣ ਵਾਲੀ ਦੁਨੀਆ ਚੋਂ ਬਾਹਰ ਆ, ਠੀਕ ਆ, ਕੰਮ ਦੀ ਗੱਲ ਕਰ। ਤੈਨੂੰ ਪਸਤੌਲ ਕੋਈ? ਫਿਰ ਮੈਂ ਤਾਂ ਜਾਂਦਾ ਨਹੀਂ ਘਰੇ, ਮੈਨੂੰ ਤਾਂ ਕੋਈ ਟ੍ਰੇਨਿੰਗ ਸਿਖਾਓ, ਰੋਟੀ ਵੀ ਮੇਰੀ ਪੂਰੀ ਹੋਇਆ ਕਰੇ, ਫਿਰ ਮੈਂ ਤਾਂ ਉਹ ਕਰੂੰ। ਇਹ ਤਾਂ ਤੈਨੂੰ ਮਿੱਤਰਾ ਉੱਥੇ ਛੱਡ ਕੇ ਆਉਣਾ ਪਊਗਾ, ਜਿਹੜੇ ਆਹ ਮਤਲਬ ਸੜਕਾਂ ਸੜਕਾਂ ਤੋਂ ਬੰਦੇ ਨੂੰ ਚੱਕਦੇ ਹੈਗੇ ਮੈਂਟਲ ਹਸਪਤਾਲ 'ਚ। ਅੱਛਾ ਅੱਛਾ, ਉੱਥੇ ਤੇਰੀ ਖੁਰਾਕ ਪੂਰੀ ਹੋਇਆ ਕਰੂੰ, ਤਾਂ ਮੁਸ਼ਕਲ ਲੱਗਦਾ ਮੈਨੂੰ ਤਾਂ। ਚੱਲ ਕੋਈ ਗੱਲ ਨਹੀਂ, ਕਿੰਨੇ ਟਾਈਮ ਆਪਾਂ ਨੂੰ ਕਿਹਦੇ ਉਹ ਗਾਣਾ ਕੱਢੀ ਜਾਂਦਾ, ਕੋਈ ਪੈਸੇ ਪੂਸੇ ਦੇਣੇ ਕਿਸੇ ਦੇ, ਦੱਸ ਤਾਂ ਦਿਆ ਕਰ, ਉਹ ਮੈਨੂੰ ਮਾਂ ਭੈਣ ਜੀ ਗਾਣਾ ਸੁਣਾ ਗਿਆ 2-4। ਅੱਛਾ ਕੀ ਦੱਸ ਜਦੋਂ ਪੈਸੇ ਮੈਨੂੰ ਮਿਲਦੇ ਨਹੀਂ, ਤੁਹਾਡੇ ਕੋਲੋਂ ਨਹੀਂ ਮਿਲਦੇ, ਮੈਂ ਕੀ ਕਰਾਂ ਫਿਰ? ਇਹਨੂੰ ਦੱਸ ਦੀ ਮਾੜਾ ਜਾ ਵੀ ਕਿਹਨੇ ਫੋਨ ਚੱਕਿਆ ਸੀਗਾ। ਕੀ ਕੀ ਕਹਿੰਦਾ, ਕੀ ਮੋਹਰ ਹੁੰਦੇ ਨੂੰ ਦੱਸ ਵੀ ਨਹੀਂ ਸਕਦਾ, ਇੰਨੀਆਂ ਭੈੜੀਆਂ ਗਾਣਾ ਵੀ ਜੇ ਮੱਝ ਨੂੰ ਵੀ ਦੇ ਦੀ ਨਾ 4 ਦਿਨ ਦੁੱਧ ਨਾ ਦੇਵੇ। ਹਾਂ ਕੁਛ ਨਹੀਂ ਛੱਡਿਆ, ਮਾਂ ਭੈਣ ਜਾਵਾਂ ਤੈਨੂੰ ਦੱਸੂ ਕਦੇ ਮੈਂ ਫਰੀ ਟਾਈਮ 'ਚ। ਇਹ ਤਾਂ ਗਲਤ ਗੱਲ ਹੈ ਫਿਰ। ਕੀ ਗਲਤ ਗੱਲ ਆ, ਅਗਲੇ ਦੇ ਪੈਸੇ ਦਿਆ ਕਰੋ। ਪੈਸੇ ਜੇ ਤੁਸੀਂ ਮੈਨੂੰ ਦਿਓ ਤਾਂ ਫੇਰ ਮੈਂ ਇਹਨਾਂ ਪੈਸੇ ਦੇਵਾਂ। ਮੈਂ ਕਿਹੜਾ ਇੱਥੇ ਹੁਣ ਮੈਨੇਜਰ ਲੱਗਿਆ, ਮੈਂ ਤਾਂ ਆਪ ਕਰਮਜੀਤ ਨਾਲ ਗੱਲ ਕਰੀ ਬੈਠਾਂਗਾ। ਹੁਣ ਫਿਰ ਮੈਂ ਜਮ ਜਮਾਂ, ਮੈਂ ਰੋਟੀ ਨਹੀਂ ਖਵਾਉਂਦੇ, ਮੈਂ ਤਾਂ ਰੋਟੀ ਲਿਆ ਕੇ ਦਿਓ।
ਰੋਟੀ ਬਣਾਉਣੀ, ਮੇਰਾ ਤਾਂ ਬਲੱਡ ਘਟ ਜਾਂਦਾ। ਮੈਂ ਦੱਸਾਂ ਨੀ, ਮੈਂ ਤਾਂ ਇੱਥੇ ਆ ਪਿਆ, ਮੇਰਾ ਸਭ ਕੋਈ ਪਤਾ ਨੀ। ਗੁਰਦੁਆਰੇ ਚ ਲੱਗਦਾ ਤਵੀ ਲਿਆਉਣੀ ਪਊ ਵੱਡੀ, ਜਿਹਦੇ ਇੱਕ ਵਾਰੀ ਚ 10 ਰੜਦੀਆਂ ਨੇ। ਸਿਲੰਡਰ ਤੇ ਤੇਰਾ ਕਿੱਥੇ ਪੂਰਾ ਹੋਊਗਾ ਕੰਮ? ਸਹੀ ਗੱਲ ਹੈ। ਹਾਂ ਮਾੜਾ ਮੋਟਾ ਸਮਝ ਲਿਆ ਕਰ, ਬੇਇੱਜ਼ਤੀ ਕਰੀ ਨਾ ਮੈਂ ਤੇਰੀ। ਹਾਂ ਹਰੇਕ ਗੱਲ 'ਚ ਹਾਮੀ ਨਹੀਂ ਭਰੀ ਦੀ ਹੁੰਦੀ, ਫਿਰ ਹੋਰ ਕੀ ਕਰਾਂ, ਖਵਾਉਂਦੇ ਤਾਂ ਹੈ ਨਹੀਂ ਰੋਟੀ। ਫਿਰ ਉਹ ਚੰਗਾ ਜਾ ਕੋਈ ਕੰਮ ਦੀ ਗੱਲ ਕਰ ਲਿਆ ਕਰ, ਸਾਰਾ ਦਿਨ ਨਾ ਆ ਰੋਟੀ ਦੀ ਗੱਲ ਛੱਡ ਦਿਆ ਕਰ, ਤੇਰੇ ਦਿਮਾਗ 'ਚ ਨਾ ਰੋਟੀਆਂ ਚੱਲਦੀਆਂ ਹੋਣੀਆਂ। ਜਦੋਂ ਭੁੱਖ ਮੈਂ ਰੱਜ ਗਿਆ ਤਾਂ ਮੇਰਾ ਉਦੋਂ ਦਿਮਾਗ ਦੁੱਗਣਾ ਕੰਮ ਕਰਦਾ, ਉਹਨਾਂ ਚਿਰ ਕੰਮ ਨਹੀਂ ਕਰਦਾ ਮੇਰਾ। ਠੀਕ ਹੈ, ਬਸ ਸਿੱਧੀ ਸਾਹਿਬ ਆ, ਉਹ ਗੱਲ ਹੋ ਗਈ। ਕਹਿੰਦਾ ਮੈਂ 2 ਟਾਈਮ ਸ਼ਰਾਬ ਪੀਨਾ, ਇੱਕ ਜਿੱਦੇ ਮੀਂਹ ਪੈਂਦਾ ਹੋਵੇ ਉਹਦੇ, ਇੱਕ ਜਿੱਦੇ ਨਾ ਪੈਂਦਾ ਹੋਵੇ ਤੇਰਾ ਤਾਂ ਉਹ ਕੰਮ ਆ। ਭੁੱਖ ਤੈਨੂੰ ਲੱਗਣੋਂ ਹਟਦੀ ਨਹੀਂ, ਭੁੱਖਾ ਤੂੰ ਰਹਿੰਦੀ ਹੈ ਸਾਰਾ ਦਿਨ। ਤੇਰੇ ਦਿਮਾਗ ਨੇ ਕੰਮ ਨਹੀਂ ਕਰਨਾ, ਸਾਡੀ ਤੂੰ ਫੱਟੀ ਬਚਾ ਕੇ ਰੱਖ ਦੇਗਾ, ਮੇਰੀ ਵਰਦੀ ਲੈ ਜਾਊਗੀ, ਮੈਂ ਇੱਥੇ ਸੜਕਾਂ 'ਤੇ ਫਿਰਦਾ ਹੋਊਂਗਾ ਕਮਲਾ ਹੋ ਕੇ, ਅੱਲਾ ਕੇ ਨਾਮ 'ਤੇ ਦੇ ਦੇ 2 ਵਾਰ ਤਾਂ ਕਰਕੇ, ਮੈਨੂੰ ਕਿਸੇ ਨੇ ਪੈਸਾ ਨਹੀਂ ਦੇਣਾ, ਮੇਰਾ ਸਾਰਾ ਕੁਛ ਵਿਕ ਜੂਗਾ, ਹੈ ਨਾ? ਆਹੀ ਕੁਛ ਨਾ ਆਏ ਤਾਂ ਹੈ, ਉਹੀ ਆ ਮੈਨੂੰ ਨੰਗ ਕਰਦੇ ਮੰਗਾਂ ਆਉਂਦੇ ਮੈਨੂੰ। ਨਹੀਂ ਨਹੀਂ ਇਹੋ ਜਿਹੀ ਗੱਲ ਨਹੀਂ, ਤੇਰੀ ਵਰਦੀ ਨੂੰ ਕੋਈ ਦਾਗ ਨਹੀਂ ਲੱਗਣ ਦਾ। ਮੈਂ ਜਦੋਂ ਲੱਗਿਆ ਵੀ ਮੈਂ ਧੋਣਾ ਰੋਜ਼ ਨਹੀਂ, ਉਹ ਦਾਗ ਨਹੀਂ ਹੋ। ਅੱਛਾ ਊ ਤਾਂ ਦਾਗ ਹੈ ਨਹੀਂ ਕੋਈ ਆਪਣੇ ਤੇ, ਉਹ ਤਾਂ ਤੈਨੂੰ ਪਤਾ ਆਪਣਾ ਕਰੈਕਟਰ ਚ ਮੈਂ ਸਹੀ ਆ। ਆਪਾਂ ਜਿਹੜਾ ਚਿੱਟੀ ਚਾਦਰ ਆ ਆਪਣੇ, ਜੇ ਕੋਈ ਇਲਜ਼ਾਮ ਲਾਉਂਦਾ ਆਪਾਂ ਉਹਨੂੰ ਸਮਝ ਲਾ। ਸਰਪੰਚ ਨੂੰ ਤੁਹਾਡੇ ਨਾਂ ਲੈ ਕੇ ਗਏ, ਫਿਰ ਉਹ ਫਿਰ ਮੈਲੀ ਨਹੀਂ ਹੋ ਵਰਤੀ ਹੈ ਜਿੱਦੇ ਮੈਂ ਤੁਹਾਨੂੰ ਐਂ ਤਾਂ ਵਰਦੀਆਂ ਆਪਣੇ ਕੋਲ 2 ਨੇ, ਇਹ ਮੈਲੀ ਹੋ ਗਈ। ਉਹ ਕਹਿੰਦੇ ਤਾਂ ਹੁੰਦੇ ਆ, ਕਹਿੰਦਾ ਮੇਰਾ ਹੁਣ ਪਾਪਾ ਵਾਲਾ ਘੜਾ ਭਰ ਗਿਆ। ਹਾਂ ਮੈਂ ਫਿਰ ਕਿੱਡੀ ਗੱਲਾਂ, ਆਪਾਂ ਉਹਦਾ ਟੱਬ ਲਾ ਲਿਆ ਥੱਲੇ, ਹਟਣਾ ਨਹੀਂ ਕਰਨੋ ਕੰਮ ਨਹੀਂ ਕਰਨੋ ਹਟਨੇ। ਤੇ ਹੋਰ ਸੁਣਾ ਫਿਰ ਕੋਈ ਗੱਲਬਾਤ ਬਾਹਰੋਂ ਅੰਦਰ ਲਈ? ਠੀਕ ਹੈ ਵਧੀਆ, ਬਾਹਰੋਂ ਮਾਹੌਲ ਤਾਂ ਠੀਕ ਹੈ ਬਸ। ਟੁੱਟਾ ਬਾਡੂ ਬਾ ਨਵਾਂ ਖੁੱਲ੍ਹਿਆ ਦਿੰਦਾ, ਇਹਦੇ ਬਾਰੇ ਪੁੱਛਿਆ ਕਰਾਂ, ਹੈ ਨਾ? ਹਾਲੇ ਤਾਂ ਖੁੱਲ੍ਹਿਆ ਨਹੀਂ, ਜਿੱਦੇ ਖੁੱਲ੍ਹਿਆ ਦੱਸ ਦੂੰ ਮੈਂ। ਠੀਕ ਆ, ਤਾਂ ਸਮਝ ਗਿਆ ਮੈਂ ਤੇਰੀ ਗੱਲ। ਚੱਲ ਆਪਣਾ ਜੋ ਵੀ ਕੰਮ ਜਾ ਨਿਬੇੜੀ ਹੈਗੇ ਜਾ ਕੇ, ਉਸ ਤੋਂ ਬਾਅਦ ਫਿਰ ਕੁਛ ਕਰਾਂਗੇ। ਲੈ ਕੇ ਪਰਮਾਤਮਾ ਦਾ ਨਾਂ, ਸੱਚੇ ਪਾਤਸ਼ਾਹ ਦਾ, ਜਿਹੜਾ ਕੰਮ ਕਰੀ ਹੈ ਨਾ ਅੱਜ ਦੇ ਕਰੀ, ਇੱਕ ਮੈਨੂੰ ਆਪਦਾ ਫਿਕਰ ਹੈਗਾ ਅਤੇ ਇੱਕ ਮੈਨੂੰ ਹੁਣ ਤੇਰਾ ਲੱਗਿਆ ਪਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਅੱਜ ਕੀ ਦਿਨ ਹੈ ਜੀ? ਜੇ ਤੁਹਾਨੂੰ ਮੈਂ ਕਿੰਨੇ ਵਾਰੀ ਕਿਹਾ, ਜਿੱਦੇ ਦਾ ਕੰਮ ਜਾ ਹੋ ਗਿਆ ਹਟਣਾ, ਮੇਰਾ ਦਿਮਾਗ ਨਹੀਂ ਰਹਿੰਦਾ ਸੈੱਟ ਰਾਣੀ, ਅਤੇ ਮੇਰੇ ਕੋਲ ਨਾ ਹੱਸਣਾ ਖੇਡਣਾ ਬਿਲਕੁਲ ਬੰਦ। ਜਿੰਨਾ ਚਿਰ ਮੇਰੇ ਜਵਾਕ ਘਰੇ ਨਹੀਂ ਆਉਂਦੇ ਨਾ, ਉਹਨਾਂ ਚਿਰ ਹੁਣ ਮੈਂ ਸਾਰਾ ਕੁਛ ਭੁੱਲਿਆ ਪਿਆ। ਇੱਕ ਜਿੰਨਾ ਚਿਰ ਤੂੰ ਡਿਊਟੀ 'ਤੇ ਨਹੀਂ ਚੜ੍ਹਦੀ ਨਾ, ਮੇਰਾ ਦਿਮਾਗ ਖਰਾਬ। ਚਲੋ ਫਿਰ ਬੱਚਿਆਂ ਦਾ ਚਲੋ ਦੇਖ ਲਾਂਗੇ, ਟਾਈਮ ਦੇ ਹਿਸਾਬ ਨਾਲ ਵੀ ਆਪਣੇ ਬੱਚਿਆਂ ਦਾ ਠੀਕ ਹੋਊਗਾ। ਚਲੋ ਇੱਕ ਖੁਸ਼ਖਬਰੀ ਤਾਂ ਤੁਹਾਨੂੰ ਦੇ ਹੀ ਦੇਈਏ। ਖੁਸ਼ਖਬਰੀ? ਲੈ ਜੇ ਤੂੰ ਆਹ ਗੱਲ ਆ ਤਾਂ ਖੁਸ਼ਖਬਰੀ ਦੇ ਦੇ ਕੋਈ, ਜੇ ਪਰਮਾਤਮਾ ਕੋਈ ਮੇਰੀ ਸੁਣੀ ਲਵੇ। ਮੈਂ ਤਾਂ ਖੁਸ਼ਖਬਰੀ ਸੁਣੀ ਨਹੀਂ ਕਰਿਆ, ਤਰਸਿਆ ਪਿਆ ਜੇ ਕੋਈ ਖੁਸ਼ਖਬਰੀ ਸੁਣਾਏ ਤਾਂ। ਜੇ ਕੋਈ ਖੁਸ਼ਖਬਰੀ ਦੇਣੀ ਹੈ ਨਾ ਤਾਂ ਚੱਜ ਦੇ ਦੇ। ਮੈਂ ਤਾਂ ਆਖਿਆ ਪਿਆ ਵੀ ਮੈਨੂੰ ਖੁਸ਼ਖਬਰੀ ਮਿਲੇ। ਕੱਲ੍ਹ ਸ਼ਾਮ ਨੂੰ ਆਇਆ ਆਪਣਾ ਲੈਟਰ ਇੰਟਰਵਿਊ ਦਾ ਜੀ, ਅਤੇ ਕੱਲ੍ਹ ਜਾਣਾ। ਆਹ ਤੂੰ ਬਹੁਤ ਵਧੀਆ ਕੰਮ ਦਿਖਾ ਦੱਸਿਆ ਮੈਨੂੰ ਰਾਣੀ, ਉਨੀ ਤਾਂ ਖੁਸ਼ੀ ਤੈਨੂੰ ਨਹੀਂ ਹੋਣੀ ਅਤੇ ਜਿੰਨੀ ਮੈਨੂੰ ਖੁਸ਼ੀ ਹੈ। ਮੈਨੂੰ ਬਾਹਲੀ ਖੁਸ਼ੀ ਹੈ। ਕਿਉਂ? ਆਹ ਜਿਹੜਾ ਕੁਛ ਮੈਂ ਸੋਚਿਆ ਇਹ ਸਾਰਾ ਕੁਛ ਮੇਰਾ ਫੇਰ ਹੀ ਪੂਰਾ ਹੋਊਗਾ। ਤੂੰ ਤਾਂ ਸੋਨੀ ਨੌਕਰੀ 'ਤੇ ਲੱਗੂਗੀ। ਠੀਕ ਹੈ, ਮੈਂ ਹੁਣ ਆਸ ਤੁਹਾਡੇ 'ਤੇ ਲਾਈ ਹੈ, ਇਹ ਮੇਰੀ ਆਸ ਫੇਰ ਹੀ ਤੁਸੀਂ ਪੂਰੀ ਕਰ ਸਕਦੇ ਹੋ।
ਜੇ ਤੁਸੀਂ ਮੇਰੇ ਉੱਤੇ ਰਹੋਗੇ ਅੱਗੇ ਦੇਖ ਲਾ ਮੈਂ ਰੀਤ 'ਤੇ ਭਰੋਸਾ ਕੀਤਾ ਸੀ ਰੀਤ ਮੇਰੀ ਸਾਰੀ ਆਸ ਤੋੜ ਗਈ ਸਹੀ ਹੈ ਕਿਉਂਕਿ ਬੰਦੇ ਨੂੰ ਕਿਸੇ 'ਤੇ ਭਰੋਸਾ ਨਹੀਂ ਕਰਨਾ ਹੁੰਦਾ ਇੱਕ ਆਪਦੇ ਘਰ ਵਾਲੀ 'ਤੇ ਭਰੋਸਾ ਕਰਦਾ ਹੁੰਦਾ ਮੈਂ ਆਪਦੇ ਘਰ ਵਾਲੀ 'ਤੇ ਭਰੋਸਾ ਕਰਿਆ ਸੀਗਾ ਦੇਖਾ ਘਰ ਵਾਲੀ ਵੀ ਭਰੋਸਾ ਤੋੜ ਗਈ ਸਹੀ ਹੁਣ ਆਏ ਤਾਂ ਕਿ ਮੈਂ ਤੇਰੇ 'ਤੇ ਕਰਿਆ ਗਾ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਸੀਂ ਤੁਹਾਡਾ ਭਰੋਸਾ ਨਾ ਤੋੜੀਏ ਅਤੇ ਦੇਸ਼ ਦੀ ਸੇਵਾ ਲਈ ਸਾਨੂੰ ਪੂਰਾ ਪਰਮਾਤਮਾ ਦਾ ਸਾਡੇ ਸਿਰ 'ਤੇ ਹੱਥ ਹੋਵੇ ਪਰ ਇੱਕ ਗੱਲ ਜ਼ਰੂਰ ਆ ਨੌਕਰੀ ਮਿਲ ਜਾਊ ਪਰ ਇੱਕ ਕੰਮ ਤਾਂ ਮੈਂ ਦੱਸਦਾ ਜੇ ਤੁਸੀਂ ਥਾਣੇ 'ਚ ਕੋਈ ਵੀ ਕੰਮ ਕਰੋਗੀਆਂ ਪਰ ਇੱਕ ਤਾਂ ਇਨਸਾਫ ਜ਼ਰੂਰੀ ਹੁੰਦਾ ਗਾ ਇਹ ਨਹੀਂ ਹੋਵੇ ਵੀ ਕਈ ਵਾਰੀ ਗਰੀਬ ਬੰਦਾ ਹੁੰਦਾ ਇੱਕ ਪਾਸੇ ਅਮੀਰ ਹੁੰਦਾ ਗਾ ਅਤੇ ਅਮੀਰ ਆ ਕੇ ਕਹਿੰਦਾ ਜੇ ਆਹ ਲੈ ਲਓ ਦੋ ਪੈਸੇ ਅਤੇ ਐਂ ਕਰ ਦਿਓ ਪੈਸੇ ਬੰਦੀ ਨਾ ਜਾਵੇ ਜਿਹੜਾ ਬੰਦਾ ਸੱਚ ਆ ਸੱਚ ਦਾ ਸਾਥ ਦੇਣਾ ਚਾਹੀਦਾ ਬਾਕੀ ਹੁਣ ਤਾਂ ਗੌਰਮੈਂਟ ਨੇ ਬਹੁਤ ਸਹੂਲਤਾਂ ਕੀਤੀਆਂ ਜੀ ਹੁਣ ਤਾਂ ਆਪਣੇ ਜਿੱਥੇ ਜਿਵੇਂ ਚੌਂਕੀ ਹੈ ਕੋਈ ਥਾਣਾ ਉੱਥੇ ਕੈਮਰੇ ਲੱਗੇ ਹੁੰਦੇ ਆ ਕੁਛ ਵੀ ਲੱਗਿਆ ਜੇ ਕੈਮਰੇ ਲੱਗਿਆ ਕੋਈ ਲੱਗਿਆ ਪਾਸੇ ਕਰ ਲੈਂਦਾ ਜਿਹਨੇ ਰਜਿਸਟਰ ਲੈਣੀ ਉਹਨੇ ਤਾਂ ਲੈ ਹੀ ਲੈਣੀ ਆ ਕੋਈ ਉਹੋ ਜਿਹਾ ਅਗਲਾ ਉਹੋ ਜਿਹਾ ਕਰ ਲੈਂਦਾ ਹੋਰ ਬੰਦਾ ਵਿੱਚ ਪਾ ਲੈਂਦਾ ਜਿਹਨੇ ਲੈਣੀ ਆ ਲੈ ਲੈਣੀ ਅਗਲਾ ਕਹਿੰਦਾ ਉਹ ਬੰਦੇ ਨਾਲ ਗੱਲ ਕਰ ਲਾਭ ਵਿੱਚ ਨਹੀਂ ਆਉਂਦੀ ਸਾਰਾ ਕੁਛ ਚੱਲਦਾ ਗਾ ਇਹ ਨਾ ਕਹੇ ਵੀ ਜੇ ਹੁਣ ਕੈਮਰੇ ਚੱਲ ਪਏ ਅਗਲਾ ਸਾਹਮਣੇ ਨਾ ਲਊਗਾ ਪਾਸੇ ਲੈ ਲੂ ਬਾਹਰ ਜਾ ਕੇ ਗੱਲ ਕਰ ਲੂਗਾ ਉਹੋ ਜਿਹਾ ਅਗਲਾ ਹੁਸ਼ਿਆਰ ਹੋ ਜਾਂਦਾ ਗਾ ਪਰ ਜਿਹੜੀ ਗੱਲ ਜਿਹੜਾ ਸੱਚ ਹੈਗਾ ਸੱਚ ਦਾ ਸੱਚ ਹੀ ਰਹੂਗਾ ਹੁਣ ਮੈਂ ਸਰਪੰਚੀ ਦਾ ਕੰਮ ਕਰਦਾ ਖਾਣ ਨੂੰ ਕਿਵੇਂ ਲੱਖਾਂ ਕਰੋੜਾਂ ਰੁਪਏ ਬਣਾ ਲੈਂਦਾ ਅੱਜ ਨੂੰ ਕੋਠੀਆਂ ਬਣਾਉਣ ਦਾ ਗੱਡੀਆਂ ਬਣਾਉਣ ਦਾ ਅਤੇ ਆਹ ਦੇਖ ਲੈ ਇੰਨੇ ਕੰਮ ਕਰੇ ਪਹਿਲਾਂ ਉਹ ਜਿਹੜੇ 20 ਕਿੱਲਿਆਂ ਦਾ ਰੌਲਾ ਸੀਗਾ ਮੈਨੂੰ ਕਰੋੜਾਂ ਰੁਪਇਆ ਦਿੰਦੇ ਸੀ ਉਹ ਕਹਿੰਦੇ ਤੂੰ ਲੈ ਲਾ ਪਾਸੇ ਹੋ ਜਾ ਪਰ ਇਹ ਛੱਡ ਦੇ ਪਰ ਜ਼ਮੀਨ ਕਿਹਦੀ ਸੀ ਉਹ ਗਰੀਬਾਂ ਦੀ ਮੈਨੂੰ ਐਂ ਜੀ ਜੇ ਇੱਥੇ ਅੱਜ ਮੈਂ ਪੈਸੇ ਲੈ ਲਏ ਮੈਂ ਤਾਂ ਲੈ ਕੇ ਘਰੇ ਬਹਿ ਜਾਂਦਾ ਵੀ ਉਹ ਗਰੀਬ ਕਿੱਥੇ ਜਾਣਗੇ ਆਹੀ ਮੈਂ ਸਵਾਲ ਉਹਨਾਂ ਨੂੰ ਕੀਤਾ ਸੀ ਮੈਂ ਗਰੀਬ ਕਿੱਥੇ ਜਾਣਗੇ ਇਹਨਾਂ ਦੇ ਘਰ ਬਾਰ ਕਿੱਥੇ ਬਣਨਗੇ ਅਤੇ ਉਹਨਾਂ ਨੇ ਪਤਾ ਕੀ ਜਵਾਬ ਦਿੱਤਾ ਸੀ ਕਿਤੇ ਨਹਿਰ ਕਿਨਾਰੇ ਜਾ ਕੇ ਝੁੰਬੀ ਪਾ ਲੈਣਗੇ ਵੀ ਕਿਉਂ ਝੁੰਬੀ ਪਾ ਲੈਣਗੇ ਉਹ ਦੇਖ ਮੈਂ ਉਹਨਾਂ ਦੇ ਖਾਤਰ ਉਹ ਬੈਠੇ ਆ ਉੱਥੇ ਦੇਖ ਲਾ ਅਤੇ ਇਹ ਮੇਰੇ ਪਿੱਛੇ ਪੈ ਗਏ ਉਹਨਾਂ ਖੜਾ ਛੱਡ ਕੇ ਅੱਜ ਤੱਕ ਮੇਰੇ ਨਾਲ ਲੜੀ ਜਾਂਦੇ ਆ ਉਹੀ ਲੜਾਈ ਹੈ ਠੀਕ ਵੀ ਹਾਂ ਹਾਂ ਤੂੰ ਸਾਡੇ ਤੋਂ 20 ਕਿੱਲੇ ਜਵਾਨ ਵਾਹਣ ਦੇ ਖੋੜੇ ਮੰਜੂ ਮੈਡਮ ਮੇਰੇ ਪਿੱਛੇ ਤਾਂ ਪਈ ਵੀ ਆ ਠੀਕ ਵੀ ਮੈਂ ਕਿਤੇ ਵੀ ਪੈਸੇ ਮੰਗਣ ਨਹੀਂ ਗਿਆ ਅਤੇ ਨਾ ਹੀ ਮੈਂ ਜਾਵਾਂ ਲੱਕੀ ਦਾ ਕੀ ਮੈਨੂੰ ਕੋਈ ਬੰਦਾ ਕਰੋੜੀ ਵੀ ਨਹੀਂ ਖਰੀਦ ਸਕਦਾ ਕੋਈ ਇਹੋ ਜਿਹਾ ਪੈਸਾ ਨਹੀਂ ਬਣਿਆ ਮਸ਼ੀਨ ਬੀਜੀ ਲੰਘ ਕੇ ਆ ਗਿਆ ਵੀ ਜਿਹੜਾ ਅੱਜ ਮੈਨੂੰ ਖਰੀਦ ਲੂਗਾ ਉਹ ਪਰਮਾਤਮਾ ਬੈਠਾ ਸੱਚੇ ਪਾਤਸ਼ਾਹ ਜਿੰਨਾ ਚਿਰ ਕੰਮ ਕਰਨਾ ਗਾ ਤਾਂ ਆਈਸੋਲੇਟ ਹੀ ਕਰਨਾ ਗਾ ਅਤੇ ਜਿੱਦੇ ਕੋਈ ਪੈਸੇ ਪੂਸੇ ਵਾਲਾ ਆਪਾਂ ਕੰਮ ਕਰਨ ਲਈ ਮੈਂ ਬੰਦ ਕਰ ਦੇਣੀ ਬਸ ਸਭ ਪਰਮਾਤਮਾ ਦਾ ਸਾਰਾ ਕੁਛ ਆ ਇੱਥੇ ਕੀ ਹੈ ਜਿਹੜਾ ਪੈਸਾ ਕਮਾਉਣੇ ਬੈਂਕਾਂ 'ਚ ਰਹਿ ਜਾਂਦਾ ਕਿਉਂ ਕਿਸੇ ਤੋਂ ਮਾੜਾ ਕਹਾਓ ਜੇ ਚੱਜ ਦਾ ਕੰਮ ਕਰ ਜਾਂਗੇ ਅਗਲਾ ਕਹਿੰਦਾ ਵੀ ਇਹ ਬੰਦੇ ਨੇ ਕੰਮ ਕੀਤਾ ਸੀਗਾ ਚੰਗਾ ਸੀਗਾ ਪੈਸਾ ਤਾਂ ਇੱਥੇ ਹੀ ਰਹਿ ਜੂਗਾ ਨਾ ਆਪਾਂ ਕਿਹੜਾ ਨਾਲ ਲੈ ਜਾਂਗੇ ਮੈਂ ਤਾਂ ਆਹ ਗੱਲ ਸੋਚ ਕੇ ਚੱਲਦਾ ਖਾਣੇ ਦਾ ਤਾਂ ਇੱਥੇ ਹੀ ਹੈ ਦੋ ਖਾ ਲੈਂਦਾ ਕੋਈ ਚਾਰ ਖਾ ਲੈਂਦਾ ਉਹ ਤਾਂ ਜੇ ਆਪਣੇ ਕੋਲ ਪੈਸਾ ਹੈਗਾ ਤਾਂ ਵੀ ਜੇ ਨਾ ਮਿਲੇਗਾ ਅਗਲਾ ਉਨਾ ਕੁ ਤਾਂ ਤੈਨੂੰ ਪਤਾ ਜੁਗਾੜ ਪਰਮਾਤਮਾ ਬਣਾ ਹੀ ਦਿੰਦਾ ਗਾ ਇਹ ਗੱਲ ਜ਼ਰੂਰ ਹੁੰਦੀ ਉਹੀ ਗੱਲ ਮੈਂ ਤੈਨੂੰ ਕਹਿਣਾ ਵੀ ਕਿਤੇ ਵੀ ਪੈਸੇ ਮੰਗਣ ਨਾ ਜਾਈ ਕਿਤੇ ਵੀ ਕਿਤੇ ਅਗਲਾ ਪੈਸੇ ਦਿਖਾ ਲਾ ਆਹ ਲੈ ਲਓ ਜੀ ਗੁੱਟੀਆਂ ਫੜ ਦਿਖਾਉਣ ਲੱਗ ਨਾ ਨਾ ਭੁੱਲ ਜੀ ਪਰ ਜਿਹੜਾ ਸੱਚ ਆ ਸੱਚ ਦੇ ਨਾਲ ਲੜੀ ਤੇ ਪਰਮਾਤਮਾ ਹਰ ਵਕਤ ਤੇਰੇ ਨਾਲ ਖੜਾ ਹੋਊਗਾ ਮੈਂ ਸੋਨੀ ਕੋਲ ਜਾਇਆ ਮੈਂ ਸੁਬਹ ਜਾਣਾ ਸੀ ਫਿਰ ਇੰਟਰਵਿਊ ਵਾਸਤੇ ਉਹਦੇ ਕੋਲ ਵੀ ਆ ਗਏ ਉਹ ਹਾਂ ਤਾਂ ਹੀ ਕਹਿੰਦੀ ਸੀ ਮੰਮੀ ਉਹ ਤਾਂ ਆਈ ਨੂੰ ਤਾਂ ਭੱਜ ਜਾਵੇ ਉਹ ਹਾਂ ਦੇਖ ਲਈ 10 ਮਿੰਟ ਜੇ ਨਾ ਆਈ ਤਾਂ ਜਾਇਆ ਨਾ ਆਈ ਤਾਂ ਫਿਰ ਮੈਂ ਜਾ ਵੜੂੰਗੀ ਹਾਂ ਹਾਂ ਉਹ ਤਾਂ ਤੂੰ ਉਹ ਤਾਂ ਤੇਰੇ ਕੋਲ ਕਾਲੀ ਆ ਸਹੀ ਗੱਲ ਤਾਂ ਆਊਗੀ ਤੇਰੇ ਕੋਲ ਪੱਕਾ ਤੇ ਹੋਰ ਪਤਾ ਨਹੀਂ ਆਈ ਨਹੀਂ ਹੁਣ ਤਾਂ ਆਈ ਜਾਂਦੀ ਨਾ ਆਊਗੀ ਉਹਨਾਂ ਦੇ ਰਾਜ ਦੇ ਨਹੀਂ ਸਰਪੰਚ ਸਾਹਿਬ ਜੀ ਜੀਜੂ ਜੀ ਉਹਦੀ ਲੱਗ ਜੂ ਆਦਮੀ ਨੂੰ ਪਤਾ ਉਹ ਆਊਗੀ ਪੱਕਾ ਆਊਗੀ ਉਹ ਤਾਂ ਖਾਣ ਦੇ ਉਹ ਤਾਂ ਕੁਦਰਤੀ ਕਿਤੇ ਉਹ ਡਿੱਕਾ ਟੋਕਾ ਲੱਗ ਗਿਆ ਉਹ ਇੰਨਾ ਟਾਈਮ ਤਾਂ ਤੈਨੂੰ ਪਤਾ ਹੈਗਾ ਲਾਉਂਦੀ ਨਹੀਂ ਹੁੰਦੀ ਉਹ ਤਾਂ ਪੱਕਾ ਆਊਗੀ ਚੱਲ ਤੁਸੀਂ ਐਂ ਕਰੋ ਇੰਨੇ ਮੈਨੂੰ ਕਿਹਾ ਚਾਹ ਦੀ ਘੁੱਟ ਬਣਾ ਦਿਓ ਇੱਕ ਦੋ ਕੰਮ ਜੀ ਅੱਜ ਮੈਂ ਉਹ ਕਰ ਦੂੰਗਾ ਅਤੇ ਉਦੋਂ ਬਾਅਦ ਦੇ ਵਿੱਚ ਫਿਰ ਦੇਖਦੇ ਹਾਂ ਕੀ ਬਣਦਾ ਗਾ ਠੀਕ ਹੈ ਹਾਂ ਹੁਣ ਮੇਰਾ ਜਿਹੜਾ ਕੰਮ ਹੈਗਾ ਚੰਡੀਗੜ੍ਹ ਜਾਣਾ ਸੀ ਜੇ ਚੰਡੀਗੜ੍ਹ ਵੱਗ ਗਿਆ ਤਾਂ ਇੱਧਰ ਰਹਿ ਜੂਗਾ ਇੱਕ ਹੁਣ ਸਰਪੰਚੀ ਵਾਲਾ ਕੰਮ ਆ ਗਿਆ ਸਰਪੰਚ ਕਿਹਨੂੰ ਬਣਾਵਾਂ
ਜਤਨਾ ਜਾਂ ਰਾਣੀ ਦੀ ਰਾਏ ਲੈਂਦੇ ਆ ਵੀ ਸਰਪੰਚ ਵੀ ਇਹੋ ਜਿਹਾ ਬੰਦਾ ਬਣੇ ਨਾ ਜਿਹੜਾ ਆਪਦੇ ਨਾਲ ਮੋਢਾ ਲਾ ਕੇ ਖੜੇ, ਪਿੰਡ ਦੇ ਵੀ ਸਾਰੇ ਕੰਮ ਹੋ ਜਾਣ। ਹਾਂ ਰੋਟੀ ਖਵਾਓ, ਮੈਂ ਤਾਂ ਚੂਹੇ ਬਹੁਤ ਕੁਛ ਕਰਿਆ, ਲੜੀ ਜਾਂਦਾ ਚੂਹੇ ਹਾਏ ਰੋਟੀ। ਇਹੋ ਜਿਹੀ ਬਾਤ ਸੁਣ ਕੇ ਤਾਂ ਕੋਈ ਤੈਨੂੰ ਆਟਾ ਨਾ ਪਾਵੇ, ਤੂੰ ਰੋਟੀ ਮੰਗੀ ਇੰਨਾ ਗਾ। ਮੇਰੀ ਗੱਲ ਸੁਣ ਲਾ, ਤੇਰੇ ਤਾਂ ਅੰਦਰ ਮਤਲਬ ਚੂਹੇ ਨਹੀਂ ਹਾਥੀ ਹੋਣਗੇ ਨਾ, ਵੱਡੇ ਵੱਡੇ ਚੂਹੇ ਵੀ ਜਿਹੜੇ ਨੱਚਦੇ ਹੋਣਗੇ। ਹੁਣ ਤੁਸੀਂ ਇਹ ਦੱਸਾਂ ਵੀ ਖਵਾਉਣੀਆਂ ਕਿ ਨਹੀਂ? ਉਹ ਖਵਾ ਦੇਣਾ ਭਰਾਵਾ ਤੇਰਾ ਡੰਮ ਦੇਣਾ। ਹਾਂ ਲੈ, ਹਾਂ ਇਹ ਠੀਕ, ਮੰਗਾ ਦੇਣਾ ਦੋ ਤਿੰਨ ਪ੍ਰਾਂਤਾਂ ਆਟਾ ਦੀਆਂ। ਚੱਲ ਜਿੰਨੇ 40 ਕੁ ਹੋਣ ਵਾਲੀਆਂ ਮੈਂ ਖਾਂਦਾ ਨਹੀਂ ਦੂਜਾ। ਹਾਂ ਇੰਨੀ ਇੰਨੀ ਤਾਂ ਖਾਧੀ ਨਹੀਂ ਜਾਂਦੀ ਕਿਸੇ ਤੋਂ, 40 ਰੋਟੀ ਕਿੰਨੀ ਕਰੇ? ਹਾਂ 10 ਬੰਦੇ ਦੀ ਖੁਰਾਕ ਆ, ਉਹ ਤੂੰ ਗੱਲਾਂ ਖਾ ਜਾਣਾ। ਉਹ ਮੈਂ ਬਸ ਨਾ ਤਾਂ ਜਾਦੇ ਅੱਧੀ ਰੋਟੀ ਨਾ ਥੱਲੇ, ਬਸ ਇੰਨੀ ਖੁਰਾਕ ਆ। ਚੱਲ ਦਮਦਾ ਤੇਰਾ ਮੱਥਾ ਮੈਂ। ਚੱਲ ਰੋਟੀ ਦਾ ਤਾਂ ਬਣਿਆ, ਲਿਆਓ ਰੋਟੀ ਦਾ ਹੁਣ ਫਿਰ। ਅੱਜ ਦੀ ਰੋਟੀ ਦਾ ਤਾਂ ਬੰਦੋਬਸਤ ਹੋਇਆ, ਹੋਰ ਰੋਜ਼ਾਨਾ ਗਾਲਾਂ ਦਿੰਦੇ ਨੇ, ਭੈਣ ਦਾ ਦਿੰਦੇ ਨੇ ਰੋਟੀ ਵੀ। ਚੱਲ ਵੇਖਦੇ ਫਿਰ ਵੀ ਲੈ ਕੇ ਆਊਗੇ ਨਹੀਂ। ਚੱਲ ਖਾ ਕੇ ਸੋਚਦੇ ਆ ਫਿਰ ਕੋਈ ਨਾ ਕੋਈ ਨਾ ਪਲੈਨ ਕੋਈ। ਚੱਲ ਵੇਖਦੇ ਆ ਫਿਰ, ਦੱਸਾਂ ਫਟਾਫਟ ਜਾ ਕੇ ਰਾਣੀ ਨੂੰ ਮੈਂ ਵੀ। ਰਾਣੀ ਸਤਿ ਸ਼੍ਰੀ ਅਕਾਲ ਜੀਜੂ। ਜੀਜੂ ਮੇਰੀ ਚਿੱਠੀ ਆ ਗਈ, ਰਾਣੀ ਕਿੱਥੇ ਮੈਂ ਉਹਨੂੰ ਦੱਸਦੀ ਆ। ਹਾਏ ਤੁਸੀਂ ਲਾ ਦੋ ਬਾਰਾਂ ਤਾਂ ਗੱਲਾਂ ਕਰਦੇ ਆ, ਇੰਨੀ ਵਾਰ ਲੰਗੂਰ ਲਾਉਂਦੀ ਭੁੱਲ ਗਈ ਹੁਣ ਤਾਂ ਬਹਿ ਜਾ। ਮੈਨੂੰ ਤਾਂ ਪਹਿਲੀ ਕਹੀ ਜਾਂਦੇ ਸੀਗੇ ਸਰਪੰਚ ਸਾਹਿਬ, ਕਹਿੰਦੇ ਛਾਲਾ ਮਾਰਦੀ ਹੋਵੋਗੇ ਜ਼ਰੂਰ। ਚੱਲ ਚੰਗਾ ਹੈ, ਤੈਨੂੰ ਹੋ ਜਾ ਬਹਿ ਜਾ, ਬੈਠ ਜਾ। ਉਹ ਆਪਣੀ ਸਿੱਠੀ ਆ ਗਈ, ਸੱਚ ਮੈਨੂੰ ਤਾਂ ਬਾਹਲੀ ਖੁਸ਼ੀ ਹੋਈ ਪਈ ਆ। ਆ ਦੇਖੋ ਜੀਜੂ, ਪਹਿਲਾਂ ਜੀਜੂ ਠੀਕ ਆ, ਕੋਈ ਗੱਲ ਨੀ, ਬੜੀ ਚੰਗੀ ਗੱਲ ਆ ਗਈ। ਇੱਕ ਨਾ ਖੁਸ਼ੀ ਗੱਲ ਜੀ, ਬਾਲ ਡਾ ਲਿਆ ਕਰੋ, ਉਹਦੇ ਵੀ ਕੜਕੀ ਜੀ ਲਾਈ ਨੀ ਕੱਲੀ, ਤੇ ਅਗਲਾ ਆ ਗਿਆ ਸਕੂਟੀ। ਇਹ ਅੱਜ ਤਾਂ ਇਹ ਜਿੰਦੇ ਤੋੜ ਕੇ ਵੀ ਆਏ ਜੀ, ਇੰਨੀ ਖੁਸ਼ੀ ਜਿੰਦਾ ਤੋੜ ਕੇ ਆਇਆ, ਮੈਂ ਇੰਨੀ ਖੁਸ਼ੀ ਆ, ਮੈਨੂੰ ਤਾਂ ਬਾਹਲੀ ਜ਼ਿਆਦਾ ਖੁਸ਼ੀ ਹੋ ਪਈ। ਤੁਹਾਨੂੰ ਤਾਂ ਫਟਾਫਟ ਆਈ, ਮੈਂ ਛੇਤੀ ਜਾ ਕੇ ਰਾਣੀ ਨੂੰ ਦੱਸਾਂ। ਇੰਨੀ ਗਰਮੀ ਚ ਸਰਦਾ ਨੀ ਸੀ? ਗਰਮੀ ਗੁਰਮੀ ਨੀ ਲੱਗਦੀ ਹੁਣ? ਅੱਛਾ ਦੀ ਨਾ ਬਸ, ਕਿਹੜੀ ਸਰਕਾਰ ਕਹਿੰਦੇ ਹੁੰਦੀ ਆ, ਮੋਤੀਆਂ ਵਾਲੀ ਸਰਕਾਰ? ਮੈਂ ਤਾਂ ਜਦੋਂ ਪੜ੍ਹੀ ਨਾ ਚਿੱਠੀ, ਮੋਤੀਆਂ ਵਾਲੀ ਸਰਕਾਰ ਹਵਾ ਦੀ ਜੀ, ਲੈ ਇਹ ਤਾਂ ਹੁਣ ਬਹੁਤ ਖੁਸ਼ੀ ਆਈ ਆ। ਚਲੋ ਠੀਕ ਹੈ ਜੀ, ਕੋਈ ਗੱਲ ਨੀ, ਪਹਿਲਾਂ ਕੁੜੀਆਂ ਜਾਣਗੀਆਂ ਤੋਂ ਇਹਨਾਂ ਨਾਲ ਹੀ ਭੇਜ ਦਿਆਂਗੇ। ਠੀਕ ਹੈ ਜੀ, ਠੀਕ ਹੈ, ਧੰਨਵਾਦ। ਕਿਹਦਾ ਫੋਨ ਸੀ ਜੀ? ਇੱਕ ਕੁੜੀ ਦੇ ਹੋਰ ਆਗਾ, ਉਹਦੇ ਵੀ ਆਪਾਂ ਕਰਾਏ, ਉਹਨੂੰ ਵੀ ਲਵਾਉਣਾ ਪੁਲਿਸ ਚ। ਅੱਛਾ ਅੱਛਾ, ਕਹਿੰਦੇ ਸੀ ਉਹਦਾ ਵੀ ਜਮੈਨ ਲੈਟਰ ਆ ਗਿਆ, ਉਹਨੇ ਫੋਨ ਲਾਇਆ ਸੀਗਾ, ਜਮੈਨ ਲੈਟਰ ਆ ਗਿਆ, ਇੰਟਰਵਿਊ ਲੈਟਰ, ਇੰਟਰਵਿਊ ਲੈਟਰ ਆ ਗਿਆ। ਹਾਂਜੀ, ਤੇ ਉਹਨਾਂ ਨੇ ਫੋਨ ਲਾਇਆ, ਕਹਿੰਦੇ ਸਰਪੰਚ ਸਾਹਿਬ ਵੀ ਉਹ ਆ ਗਿਆ ਕੱਲ ਨੂੰ, ਮਾੜਾ ਜਿਹਾ ਅਗਲਾ ਕਹਿੰਦਾ ਜੇ ਮੁਰੇ ਪਾਇਆ ਕਹਾ ਦਿਓ, ਤੇ ਮੈਂ ਕੋਈ ਗੱਲ ਨੂੰ ਦੋ ਕੁੜੀਆਂ ਇਹ ਜਾਣਗੇ ਗੱਲ ਨੂੰ, ਫਿਰ ਉਹਨੂੰ ਤੁਹਾਡੇ ਨਾਲ ਹੀ ਭੇਜ ਦੂੰ ਮੈਂ, ਚਾਹੇ ਮੁਰੇ ਇਕੱਠੀਆਂ ਹੋ ਜਾਓ। ਠੀਕ ਹੈ ਠੀਕ ਹੈ, ਕੋਈ ਗੱਲ ਨੀ ਜੀ, ਦੱਸ ਦਿਓ ਕਿੱਥੋਂ ਜੇ ਖੜੀ ਹੋਊਗੀ, ਫਿਰ ਅਸੀਂ ਨਾਲ ਹੀ ਲੜਾ ਲਾਂਗੇ। ਹਾਂ ਉਹ ਦੱਸ ਦੇ ਆਪਾਂ ਨੂੰ, ਜੇ ਇੱਥੇ ਛੱਡ ਕੇ ਤਾਂ ਇੱਥੇ, ਤੇ ਜੇ ਮੁਰੇ ਚੜਾਉਣਗੇ ਤਾਂ ਦੱਸ ਕੇ ਜਾਣਗੇ, ਉਹ ਕਹਿੰਦੇ ਫੋਨ ਤੈਨੂੰ ਫੋਨ ਲਾ ਕੇ ਦੱਸ ਦੇ। ਜੀਜੂ ਤੁਹਾਡਾ ਬਾਲਾ ਬਾਲਾ ਧੰਨਵਾਦ, ਜੇ ਸਾਨੂੰ ਤੁਸੀਂ ਹੌਸਲਾ ਦਿੱਤਾ ਨਾ ਤਾਂ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ। ਮੇਰੇ ਕਿਉਂ ਧੰਨਵਾਦ ਕਰਦੇ ਹੋ, ਤੁਹਾਨੂੰ ਕਈ ਵਾਰ ਤੇ ਕਿਹਾ ਮੈਂ ਤਾਂ ਤੁਹਾਡਾ ਹੀ ਧੰਨਵਾਦ ਕਰੂੰ। ਪਰਮਾਤਮਾ ਨਾ ਕਰੂੰ, ਪਰਮਾਤਮਾ ਦਾ ਨਾ ਨਾ ਜੀ, ਪਰਮਾਤਮਾ ਦਾ ਕਰ ਦੋ ਨਾ, ਜਿਹੜਾ ਕੁਝ ਕਰਦਾ ਪਰਮਾਤਮਾ ਹੀ, ਬੰਦੇ ਕੋਲੇ ਕੀ ਆ, ਬੰਦਾ ਤੇ ਘਾਹ ਉਹ ਭਾਈ ਆ ਬਸ। ਪਰਮਾਤਮਾ ਵੀ ਤਾਂ ਆ ਕੇ ਤੁਹਾਡੇ ਵਿੱਚ ਹੀ ਬਸਿਆ ਨਾ, ਫੇਰ ਹੀ ਤੁਸੀਂ ਸਾਨੂੰ ਕਿਹਾ। ਚਲ ਕੋਈ ਇਹਦੀ ਮੰਨ ਲੈਣੇ ਆ ਭਾਈ, ਮੈਨੂੰ ਕਹਦੇ ਕਰ ਹੋਰ, ਤੁਸੀਂ ਸਾਰਾ ਦਿਨ ਰੱਬ ਨੂੰ ਮੰਨਦੇ ਹੋ ਤੇ ਰੱਬ ਤਾਂ ਕਰਕੇ ਤੁਹਾਡੇ ਚ ਆਉਂਦਾ। ਓਹੋ, ਉਹ ਜੇ ਆਪਾਂ ਉਸ ਨੂੰ ਮੰਨਾਂਗੇ ਉਹ ਫੇਰ ਹੀ ਨਾਲ ਹਾਲ ਤੇਰੇ ਸਾਹਮਣੇ ਦੇਖ ਲਾ,
ਜੇ ਮੈਂ ਉਹਨੂੰ ਮੰਨਦਾ ਪਰਮਾਤਮਾ ਨਾਲ ਵੀ ਖੜਦਾ ਆ ਕੇ ਸਹੀ ਗੱਲ ਹੈ ਭੁੱਲ ਜੂਗਾ ਬਾਅਦ ਤਾਂ ਜਿਹੜੇ ਬੰਦਾ ਘਰੇ ਸੌਖਾ ਕਬੀਲਦਾਰੀ ਚ ਜਦੋਂ ਦੁੱਖ ਆਇਆ ਉਦੋਂ ਕਹਿੰਦਾ ਗਾ ਹੇ ਵਾਹਿਗੁਰੂ ਹੇ ਰੱਬਾ ਇੱਕ ਦਿਨ ਪਤਾ ਕੀ ਗੱਲ ਹੋਈ ਤੇ ਮੈਂ ਉਹਨੂੰ ਪਤਾ ਕੀ ਗੱਲ ਕਹੀ ਮੈਂ ਪੜ੍ਹਿਆ ਲਿਖਿਆ ਬੰਦਾ ਤੇ ਕਹਿੰਦਾ ਰੱਬ ਕਿੱਥੇ ਹੈ ਮੇਰੇ ਨਾਲ ਜਿਹੜਾ ਕਰੀ ਉਹਨੇ ਕਹਿੰਦਾ ਰੱਬ ਕਿੱਥੇ ਹੈ ਮੈਂ ਕਿਹਾ ਜੀ ਰੱਬ ਕਿਹੜਾ ਕਿਸੇ ਨੂੰ ਦੀਨ ਹੁੰਦਾ ਰੱਬ ਤਾਂ ਹਰ ਇੱਕ ਦੇ ਅੰਦਰ ਹੀ ਹੁੰਦਾ ਕਹਿੰਦਾ ਨਹੀਂ ਪਰ ਉਹ ਬੰਦਾ ਮਾਸਟਰ ਸੀਗਾ ਪਰ ਕਿਤੇ ਆਹ ਜਿਹੜੀ ਕੁੰਡਗਾਈਆਂ ਲਾਉਂਦੇ ਹੁੰਦੇ ਆਪਾਂ ਘਰਾਂ ਚ ਪਹਿਲਾਂ ਪੁਰਾਣੀ ਗੱਲ ਦੱਸਦੇ ਪਹਿਲਾਂ ਲਾਉਂਦੇ ਹੁੰਦੇ ਸੀ ਕੁੰਡੀਆਂ ਹਾਂਜੀ ਤੇ ਕਿਤੇ ਉਹਦੇ ਚ ਨਾ ਆ ਗਿਆ ਅੱਛਾ ਅੱਛਾ ਜਦੋਂ ਨਾ ਆ ਗਿਆ ਤੇ ਇੱਕ ਦਿਨ ਕਹਿੰਦਾ ਤੇ ਮੇਰੇ ਕੋਲ ਆ ਕੇ ਕਹਿੰਦਾ ਸਰਪੰਚ ਆ ਜੀ ਮੈਂ ਦੱਸੋ ਕਹਿੰਦਾ ਯਾਰ ਆਹ ਕੰਮ ਮੈਂ ਫਸ ਗਿਆ ਜੇ ਪਰਮਾਤਮਾ ਮੇਰੀ ਸੁਣ ਲਈ ਮੈਂ ਪਰਮਾਤਮਾ ਤਾਂ ਹੈ ਨੀ ਗਾ ਕਹਿੰਦਾ ਨਹੀਂ ਨਹੀਂ ਹੈਗਾ ਪਰਮਾਤਮਾ ਤਾਂ ਮੈਂ ਤੂੰ ਮੈਨੂੰ ਆਹ ਗੱਲ ਦੇਖ ਲਾ ਮੈਂ ਤੂੰ ਮੈਨੂੰ ਕਿਹਾ ਸੀ ਕਹਿੰਦਾ ਵੀ ਰੱਬ ਕਿੱਥੇ ਮੈਨੂੰ ਦਿਖਾ ਉਦੇ ਗੱਲ ਤੈਨੂੰ ਕਹੀ ਸੀ ਮੈਂ ਮਾਪਾ ਪਹਿਣਦੇ ਮੈਂ ਤੈਨੂੰ ਦੱਸੂਗਾ ਹਾਂ ਅੱਜ ਤੂੰ ਦੱਸ ਅੱਜ ਤੂੰ ਤੇਰੇ ਤੇ ਔਖ ਪਈ ਹੈ ਨਾ ਹੁਣ ਤੂੰ ਫਿਰ ਪਰਮਾਤਮਾ ਨੂੰ ਕਿਉਂ ਯਾਦ ਕਰਦਾ ਹੈ ਪਹਿਲਾਂ ਤੇਰੇ ਕੋਲ ਪੈਸਾ ਸੀ ਤੈਨੂੰ ਹੰਕਾਰ ਸੀਗਾ ਹੰਕਾਰ ਸੀ ਸਹੀ ਗੱਲ ਹੈ ਇਹ ਚੀਜ਼ ਹੁੰਦੀ ਆ ਜਦੋਂ ਬੰਦੇ ਨੂੰ ਦੁੱਖ ਪੈਂਦੇ ਆ ਨਾ ਜਾਂ ਮਾਰ ਪੈਂਦੀ ਆ ਤੇਰਾ ਗਾ ਕਹਿੰਦਾ ਪਰਮਾਤਮਾ ਬਚਾ ਲੈ ਤੇ ਉਦੇ ਪਰਮਾਤਮਾ ਫੇਰ ਪਤਾ ਲੱਗਦਾ ਪਹਿਲਾਂ ਤਾਂ ਭਾਈ ਤੋਂ ਬੰਦਾ ਸੌਖਾ ਜਿਹਦੇ ਤੇ ਪੈਂਦੀ ਨਹੀਂ ਹੁਣ ਤਾਂ ਕੁਛ ਵੀ ਨਹੀਂ ਲੱਗਦਾ ਉਦੋਂ ਸਹੀ ਗੱਲ ਹੈ ਜੀ ਜੋ ਰੱਬ ਨੂੰ ਭੁੱਲ ਜਾਂਦਾ ਜਦੋਂ ਬੰਦੇ ਕੋਲ ਪੈਸਾ ਹੁੰਦਾ ਇਹ ਚੀਜ਼ਾਂ ਹੁੰਦੀਆਂ ਵੈਸੇ ਦੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ ਜੀਜੂ ਇਹ ਤਾਂ ਆਪਣੇ ਅੰਦਰ ਹੀ ਵਸਦਾ ਹੈਗਾ ਦੇਖ ਜੇ ਮੈਂ ਐਂ ਕਹਾਂ ਬਈ ਮੈਂ ਪਰਮਾਤਮਾ ਦਾ ਇੰਨਾ ਮੰਨਦਾ ਗਾ ਮੇਰੇ ਨਾਲ ਕੁਛ ਹੋ ਜਾਂਦਾ ਮੈਂ ਪਰਮਾਤਮਾ ਨੂੰ ਮੰਨਣਾ ਛੱਡ ਦੂੰ ਚਾਹੇ ਔਖਾ ਵੇ ਚਾਹੇ ਸੌਖਾ ਵੇ ਪਰ ਮੈਂ ਪਰਮਾਤਮਾ ਨੂੰ ਮੰਨਣ ਨੂੰ ਨਹੀਂ ਹਟਦਾ ਸਹੀ ਗੱਲ ਆ ਇਹ ਤਾਂ ਮੇਰੇ ਗੁਨਾਹ ਕੀਤੇ ਹੋਏ ਜਿਹੜੇ ਮੇਰੇ ਬੰਦੇ ਤੇ ਮੁਰੇ ਆ ਜਾਂਦੇ ਆ ਉਹ ਤਾਂ ਗੱਲਾਂ ਬਣਾਈਆਂ ਨਹੀਂ ਉਹ ਨਹੀਂ ਮਿਟਦੀਆਂ ਜੇ ਐਤਕੀ ਕੋਈ ਚੱਜ ਦਾ ਕੰਮ ਕਰ ਲਾਂਗੇ ਗਾਹਾਂ ਨੂੰ ਸੌਖਾ ਕਰਨ ਸੌਖੇ ਹੋ ਜਾਂਗੇ ਨਾ ਸਹੀ ਗੱਲ ਹੈ ਜੀ ਬਸ ਇਹ ਚੀਜ਼ ਹੁੰਦੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਐਤਕੀ ਦੇ ਆਪਣੇ ਜੇ ਆਪਾਂ ਪਰਮਾਤਮਾ ਨੂੰ ਮੰਨਦੇ ਦੁੱਖ ਵਾਲੇ ਹੁੰਦੇ ਆ ਉਹ ਆਪਣੇ ਲਿਖੇ ਪਏ ਆ ਬਾਕੀ ਆਪਾਂ ਨੂੰ ਰੱਬ ਦੇਖਦਾ ਵੀ ਇਹ ਦੇਖਾ ਕਿੰਨੇ ਕੁ ਪਾਣੀ ਚਾਹੀਏ ਮੈਂ ਤਾਂ ਇਹ ਚੀਜ਼ ਸੋਚ ਕੇ ਚੱਲਦਾ ਹੁੰਦਾ ਗਾ ਤੇ ਜੇ ਆਪਾਂ ਆਹ ਚੀਜ਼ ਸੋਚਣ ਚੱਲ ਜਾਈਏ ਮੈਂ ਰੱਬ ਦਾ ਸਾਰਾ ਦਿਨ ਨਾਂ ਲੈਣਾ ਰਹਿਣਾ ਮੇਰੇ ਤੋਂ ਦੁੱਖ ਫੇਰ ਵੀ ਰਹਿੰਦੇ ਮੈਂ ਪਰਮਾਤਮਾ ਦਾ ਕੀ ਰਹਿਣਾ ਗਾ ਲੈਣਾ ਕਿਉਂ ਨੀ ਪਰਮਾਤਮਾ ਹੀ ਬਚਾਉਂਦਾ ਆ ਕੋਈ ਗੱਲ ਨੀ ਜੀ ਜੋ ਸਹੀ ਗੱਲ ਆ ਸਾਨੂੰ ਤਾਂ ਬਚਾ ਵੀ ਲੈਂਦੇ ਨੇ ਹਰ ਇੱਕ ਨੂੰ ਬਚਾਉਂਦੇ ਨੇ ਪਰ ਜਿਹੜਾ ਉਹਨਾਂ ਦਾ ਨਾਮ ਲੈਂਦਾ ਸਹੀ ਦਿਲੋਂ ਮੰਨਦੇ ਆ ਨਾ ਜਦੋਂ ਆਪਾਂ ਨਾ ਰੱਬ ਨੂੰ ਤੇ ਉਹ ਆਪਣੀ ਸੁਣਦਾ ਵੀ ਆ ਹਰ ਇੱਕ ਨੂੰ ਇਹੀ ਗੱਲ ਕਹਿਣਾ ਵੀ ਪਰਮਾਤਮਾ ਤੋਂ ਬਿਨਾ ਬੰਦਾ ਤੁਰੀ ਨਹੀਂ ਸਕਦਾ ਸਹੀ ਗੱਲ ਹੈ ਜੀਜੂ ਆਹ ਦੇਖ ਲਓ ਰਾਣੀ ਨੇ ਹੁਣ ਕਿੱਦਾਂ ਦੀ ਉਰੇ ਇਹ ਇਨਸਾਨੀਅਤ ਦਿਖਾ ਰਹੀ ਹੈ ਹਨਾ ਤਾਂ ਕਰਕੇ ਇਹਨੂੰ ਵੀ ਰੱਬ ਹਰ ਇੱਕ ਕਸ਼ਟ ਤੋਂ ਬਚਾਉਂਦਾ ਥੋੜੀ ਵੱਧ ਵੀ ਦਿਖਾਉਣੀ ਆਉਂਦੀ ਹੈ ਹਾਂ ਉਥੇ ਬੋਲੀ ਮਰ ਜਾਵੇ ਐਂ ਕੱਲ ਤੂੰ ਨਾ ਮੁਰੇ ਹੋ ਜਾਵੇ ਕਿ ਮੇਰੇ ਮਾਲ ਉਹ ਤਾਂ ਇਹਨਾਂ ਨੇ ਦੱਸ ਦੂਗਾ ਉਹ ਤਾਂ ਬੰਦੇ ਭਲਾ ਮਾਨਸ ਸੀਗਾ ਉਹ ਜਿਹੜਾ ਐਂ ਕਰਕੇ ਪਸਤਾਉਂਦੇ ਚੱਲ ਲੈਣੇ ਤੋਂ ਮੈਨੂੰ ਦੱਸਦੀ ਸੀ ਕਹਿੰਦੀ ਮੈਂ ਤਾਂ ਐਂ ਖੜ ਗਈ ਸੀ ਮੇਰੇ ਮਾਰੋ ਗੋਲੀ ਵੀ ਅਗਲਾ ਮਾਰ ਕੇ ਤੁਰ ਜੂਗਾ ਹੁਣ ਅਸੀਂ ਆਉਂਦੀ ਹੈ ਨਾ ਸਹੀ ਗੱਲ ਆ ਫਿਰ ਮੈਂ ਨਹੀਂ ਉਹ ਗੱਲ ਜਿਹੜੀ ਹੁੰਦੀ ਮਾਰਨਗੇ ਤਾਂ ਮਾਰ ਇੱਕ ਦਿਨ ਤਾਂ ਮਰਨੀ ਹੈ ਪਰ ਇਹੋ ਜਿਹੀ ਜਿੱਥੋਂ ਤੱਕ ਮੇਰਾ ਐਡ ਗਿਆ ਨਾ ਪਰ ਇਹੋ ਜਿਹੀ ਕੋਈ ਬੋਲੀ ਨਹੀਂ ਬਣੀ ਤੇ ਜਿਹੜੀ ਸਰਪੰਚ ਦੇ ਵੱਜ ਜੂਗੀ ਨਾ ਨਾ ਜੀਜੂ ਤੁਹਾਡੇ ਤਾਂ ਬਰਾਬਰ ਨਾ ਆ ਕੇ ਸੱਚੀ ਰੱਬ ਖੜ ਜਾਂਦਾ ਮੈਂ ਤਾਂ ਬਾਹਲੇ ਵਾਰੀ ਦੇਖਿਆ ਤਾਂ ਇੰਨਾ ਭਰੋਸਾ ਮੈਂ ਕਿਤੇ ਨਹੀਂ ਤਾਂ ਮੈਂ ਚੁੱਪ ਕਰਕੇ ਇਕੱਲੇ ਤੁਰ ਜਾਣਾ ਨਾ ਕਿਉਂ ਇਕੱਲਾ ਤੁਰ ਜਾਣਾ ਅਗਲੇ ਨੂੰ ਦੇਖਣ ਨਾਲ ਲੱਗਦੇ ਇਕੱਲਾ ਜਾਂਦਾ ਮੈਂ ਇਕੱਲਾ ਨਹੀਂ ਜਾਂਦਾ ਇਕੱਲੇ ਨਹੀਂ ਹੁੰਦੇ ਮੇਰੇ ਨਾਲ ਉਹ ਹੁੰਦਾ ਉਹ ਹੁੰਦਾ ਸਹੀ ਗੱਲ ਹੈ ਜੀ ਮੈਂ ਅਗਰ ਤੂੰ ਉਹਨੂੰ ਲੈ ਜਾਂਦਾ ਉਹਨੂੰ ਮੈਂ ਕਿਉਂ ਲੈ ਕੇ ਆਵਾਂ ਜਦੋਂ ਉਹ ਹੈਗਾ ਮੈਂ ਤਾਂ ਨਹੀਂ ਕਰਦਾ ਹੁਣ ਤਾਂ 20-20 ਬੰਦੇ ਸਿਕਿਉਰਿਟੀ ਵਾਲੇ ਮੈਂ ਸਾਰੇ ਕੋਲ ਚੱਕਦੇ ਨੇ ਸਿਕਿਉਰਿਟੀ ਵਾਲੇ ਸਹੀ ਗੱਲ ਹੈ ਜੀਜੂ ਮੈਂ ਸਭ ਹਟਾਤੇ ਬਸ ਮੈਂ ਤਾਂ ਆਪ ਤੁਹਾਡੇ ਤੋਂ ਸਿੱਖਿਆ ਲੈਤੀ ਆ ਹੁਣ ਮੈਂ ਤਾਂ ਆਪ ਸਾਰਾ ਦਿਨ ਸਵੇਰੇ ਉੱਠਦੀ ਆ ਨਾ ਜਦੋਂ ਪਹਿਲਾਂ ਰੱਬ ਦਾ ਨਾਮ ਲੈਣੀ ਆ ਮੈਂ ਤਾਂ ਦੇਖ ਸੁਣਨੀ ਇੱਕ ਗੱਲ ਮਸ ਲਈ ਵੀ ਜਿੰਨਾ ਚਿਰ ਪਰਮਾਤਮਾ ਨੇ ਸਾਹ ਲਿਖਿਆ ਉਹਨਾਂ ਚਿਰ ਤਾਂ ਭਾਵੇਂ ਕੁਛ ਹੋ ਜੇ ਉਹਨੇ ਕਹਿੰਦਾ ਕੁਛ ਹੁੰਦਾ ਨਹੀਂ ਸਹੀ ਗੱਲ ਆ ਲੱਗੀ ਤੇ ਉਹਦੇ ਤਾਂ ਫਿਰ ਨੰਬਰ ਲੱਗ ਹੀ ਗਿਆ ਜਿੱਤੇ ਪਰਮਾਤਮਾ ਨੇ ਚਿੱਠੀ ਕੱਢਤੀ ਨਾ ਜਾ ਵੀ ਥੱਲੇ ਵਗ ਜਾ ਪਈ ਉਹ ਬੰਦੇ ਨੂੰ ਲੈ ਕੇ ਆ ਉਹਦੇ
ਸਹੀ ਗੱਲ ਹੈ ਜੀਜੂ, ਜੇ ਆਪਾਂ ਦੁਨੀਆਂ ਤੇ ਆਏ ਆ ਤਾਂ ਇੱਕ ਦਿਨ ਜਾਣਾ ਹੀ ਆ ਬਸ। ਹੁਣ ਵੀ ਤਾਂ ਫ੍ਰੀ ਸਮਾਜ ਸੇਵਾ ਕਰ ਰਹੀ ਸੀ, ਕਿੱਦਾਂ ਦੀ ਹੈ ਉਰੇ ਰਹਿੰਦੀ ਸੀ, ਕਾਹਦੇ ਵਾਸਤੇ ਰਹਿੰਦੀ ਸੀ, ਹੁਣ ਕਿਹੜਾ ਤੂੰ ਰੁਪਈਏ ਮੰਗਦੀ ਸੀਗੀ, ਇੱਕ ਚੰਗਾ ਵਿਹਾਰ ਕਰਦੀ ਸੀ ਨਾ ਵੀ ਮੈਂ ਸੇਵਾ ਕਰਾਂ, ਗੋਲੀ ਆਪਦੇ ਖਾ ਲੈਣੀ ਆ। ਚਲ ਵਧੀਆ, ਚੰਗੀ ਗੱਲ ਆ, ਹੁਣ ਆਪਾਂ ਸਮਾਜ ਸੇਵਾ ਹੀ ਕਰਨੀ ਆ, ਆਪਣੀ ਕਿਸਮਤ ਦੇ ਵਿੱਚ ਇਹੀ ਕੁਛ ਲਿਖਿਆ, ਆਪਾਂ ਵਰਦੀ ਤੇ ਦਾਗ ਨੀ ਲਾਉਣਾ। ਸਹੀ ਗੱਲ, ਇਮਾਨਦਾਰੀ ਨਾਲ ਕੰਮ ਕਰਾਂਗੇ। ਮੈਨੂੰ ਤਾਂ ਮੈਨੂੰ ਜੀਜੂ ਸੱਚੀ ਸ਼ੁਰੂ ਤੋਂ ਹੀ ਨਾ ਮੈਨੂੰ ਬਾਹਲਾ ਜ਼ਿਆਦਾ ਸ਼ੌਂਕ ਸੀਗਾ ਵੀ ਮੈਂ ਪੁਲਿਸ 'ਚ ਭਰਤੀ ਹੋਵਾਂ, ਤੇ ਅੱਜ ਆਹ ਦਿਨ ਆ ਹੀ ਗਿਆ। ਬਸ ਆਪਣੀ ਇੰਟਰਵਿਊ ਸਹੀ ਹੋ ਜੇ ਹੁਣ, ਇਹ ਦੁਆ ਤਾਂ ਪਰਮਾਤਮਾ ਆਪੇ ਨਾਲ ਖੜੇ ਹੀ ਆਪਣੇ ਆਪਣੇ ਹੱਥ 'ਚ ਬੰਦਾ ਹੈਗਾ ਇਹਦਾ, ਇੰਨਾ ਤੁਹਾਨੂੰ ਮੈਂ ਦੱਸ ਦਿੰਦਾ, ਭਾਵੇਂ ਤੁਸੀਂ ਨਾਮ ਹੀ ਜਾਓ ਹੋਰ ਦੱਸ। ਚਲੋ ਵਿਚਾਰੀ ਦੀ ਉਹਦੀ ਵੀ ਸੁਣ ਲੈ ਰੱਬ, ਆਪਦੀ ਮਿਹਨਤ ਤੇ ਹਮੇਸ਼ਾ ਭਰੋਸਾ ਹੋਣਾ ਚਾਹੀਦਾ ਬੰਦੇ ਨੂੰ। ਚੱਲ ਹੁਣ ਤੂੰ ਖੁਸ਼ ਹੋ ਜਾ, ਨਾਲੇ ਰੁਪਏ ਲੈਣੇ ਕਿ ਸਮਾਨ ਸੇਵਾ ਫ੍ਰੀ ਫ੍ਰੀ। ਤੁਸੀਂ ਜਾਣਾ ਕੱਲ ਨੂੰ ਆ, ਮੇਰੀ ਉਹਨਾਂ ਅੱਜ ਗੱਲ ਹੋ ਵੀ ਗਈ। ਠੀਕ ਹੈ ਜੀ, ਐ ਸਮਝ ਲਓ ਦੱਸ ਵੀ ਕੱਲ ਨੂੰ ਆ ਆਪਣੇ ਬੰਦੇ ਹੋਣਗੇ। ਹੁਣ ਕੱਲ ਨੂੰ ਜਾਣਾ ਕਿ ਅੱਜ ਹੀ ਜਾਣਾ ਜੀ? ਕੱਲ ਨੂੰ ਤੁਸੀਂ ਤਾਂ ਕੱਲ ਨੂੰ ਸਵੇਰ ਸਵੇਰ ਗੱਡੀ ਤੇ ਜਾਣਾ, ਬਹੁਤ ਗੱਡੀ ਤੇ ਜਾਇਆ ਜਾਊਗਾ, ਤੇ ਫਿਰ ਐਵੇਂ ਅੱਜ ਜਾ ਕੇ ਕੀ ਕਰੂੰ, ਕੋਈ ਗੱਡੀ ਭੇਜ ਦਾਂਗੇ ਤਾਂ ਗੱਡੀ ਤਾਂ ਤੁਸੀਂ ਦੇਹਾਂ ਵਗ ਜੀ। ਠੀਕ ਹੈ ਜੀਜੂ ਜੀ, ਕੋਈ ਗੱਲ ਨਹੀਂ, ਤੇ ਫਿਰ ਜਾਵਾਂ ਹੁਣ ਮੈਂ। ਮੈਨੂੰ ਤਾਂ ਇੰਨੀ ਜ਼ਿਆਦਾ ਖੁਸ਼ੀ ਹੋਈ ਨਾ, ਮੈਨੂੰ ਤਾਂ ਕਿਹੜੇ ਵੇਲੇ ਜਾਵਾਂ ਰਾਣੀ ਕੋਲੇ, ਦੱਸਾਂ ਜਾ ਕੇ, ਵਧੀਆ ਜੀਜੂ ਵੀ ਘਰੀ ਮਿਲ ਗਈ, ਬਾਹਲਾ ਹੀ ਚੰਗਾ ਹੋ ਗਿਆ। ਚੱਲ ਚੱਲ ਰਾਣੀ, ਆਪਾਂ ਉੱਧਰ ਚੱਲਦੇ ਹਾਂ, ਚਲੋ ਤੁਸੀਂ ਰੈਸਟ ਕਰ ਲਓ। ਜੀਜੂ ਤਾਂ ਸੌਣ ਤੇ ਰਹਿੰਦੇ ਨੇ, ਕਿ ਸੁਪਨੇ ਚ ਰੱਬ ਨੂੰ ਦੇਖਦੇ ਨੇ, ਦਰਸ਼ਨ ਕਰਦੇ ਰੱਬ ਦੇ। ਲੈ ਨਾ ਕਮਲ ਦਿੰਦੀ ਹੈਗੀ, ਉਰੇ ਵੀ ਨੀ ਹੈਗੀ, ਬਾਹਰ ਵੀ ਖੁੱਲੇ ਪਏ ਨੇਗੇ। ਹੈ ਇਹ ਦੋਨੇ ਭੈਣ ਭਾਈ ਕਿੱਧਰ ਜਾ ਵੜੇ, ਬਾਹਰ ਜਮਾਂ ਸਪੱਟ ਪਏ ਨੇ, ਵਗ ਜਾ ਇਹਨਾਂ ਦੇ ਸਿਰ ਤੇ ਘਰ ਛੱਡ ਕੇ, ਜਮੇ ਹੀ ਨੀ ਡਰਦੇ ਡੁਰਦੇ, ਵੀ ਕੁੰਡੀ ਕਾਂਟੀ ਤਾਂ ਲਾ ਜਾਓ ਤੁਸੀਂ, ਹੁਣ ਕੀ ਪਤਾ ਕਿੱਥੇ ਗਏ ਨੇਗੇ। ਜਿਹੜੇ ਦੋ ਭਾਂਡੇ ਚਾਵਲਾ ਇਕੱਠੇ ਕਰਕੇ ਲੈ ਜਾਦਾ, ਵਗ ਜਾ ਭੋਗ ਤੇ। ਕੀ ਹੋ ਗਿਆ, ਤੁਸੀਂ ਕਿੱਥੋਂ ਆਏ ਹੋ, ਸਾਨੂੰ ਤਾਂ ਮੈਂ ਘਰੇ ਛੱਡ ਕੇ ਗਈ ਸੀਗੀ। ਆ ਗੇਟ ਕਿ ਨਹੀਂ ਖੁੱਲਿਆ ਵੇ? ਆ ਕਿ ਗੇਟ ਕਿ ਖੁੱਲੇ ਪਏ ਸੀ ਗੇਟ? ਓਏ ਹਵਾ ਨਾ ਖੁੱਲ ਗਿਆ ਹੁਣ ਗਏ ਨਾ, ਤੁਸੀਂ ਕਿੱਥੇ ਗਏ ਸੀ? ਉਹ ਜਾਣਾ ਕਿੱਥੇ ਸੀ, ਗਏ ਸੀ ਖੂਹ ਚ, ਤੇ ਓਟਿਆ ਨਹੀਂ ਖੂਹ ਨੇ ਤੈਨੂੰ, ਤੇ ਭੈਣ ਕਿੱਥੇ ਗਈ ਸੀ? ਓ ਨਾਲ ਹੀ ਮਰੇ ਸਰਪੰਚ ਕੋਲ, ਅਸੀਂ ਤਾਂ ਦੋਨੇ ਭੈਣ ਭਾਈ ਸਰਪੰਚ ਕੇ ਘਰ ਚੱਲ ਗਏ ਸੀ। ਤੇ ਲੈ ਫਿਰ ਐਂ ਕਹਿ ਦੇ, ਕਹਿੰਦਾ ਕਿ ਮੈਂ ਖੂਹ ਚ ਗਿਆ ਸੀ, ਫਿਰ ਤਾਂ ਪੁੱਛਿਆ ਵੀ ਤੈਨੂੰ ਓਟਿਆ ਨਹੀਂ ਖੂਹ ਨੇ? ਓ ਯਾਰ ਦਿਮਾਗ ਅੱਗੇ ਹੁਣ ਖਰਾਬ ਰਹਿੰਦਾ, ਇੱਕ ਤੇਰਾ ਤਾਂ ਨਾ 24 ਘੰਟੇ ਖਰਾਬ ਹੀ ਰਹਿੰਦਾ, ਕਿਤੇ ਸਹੀ ਹੋਇਆ ਹੀ ਨਹੀਂ, ਤੇ ਨਾ ਹੀ ਹੋਵੇ ਤੇਰਾ ਸਹੀ ਦਿਮਾਗ। ਉੱਥੇ ਕੀ ਲੈਣ ਗਿਆ ਸੀ ਕਮਲ, ਕਿਵੇਂ ਗਈ ਸੀ ਤੂੰ ਦੱਸ? ਉਹੀ ਵਗ ਗਏ ਸੀ ਭਾਬੀ, ਗੱਲਾਂ ਬਾਤਾਂ ਦੀਆਂ ਹੋਈਆਂ ਕਰਕੇ ਵਿਚਾਰੇ ਕੋਈ ਮੂੰਹ ਸੁੰਘਿਆ ਹੀ, ਇਹ ਗੱਲਾਂ ਬਾਤਾਂ ਹੁੰਦਾ ਹੀ ਹੋਇਆ ਕਿ ਹਮਲਾ ਨਹੀਂ ਹੋਇਆ ਕੱਲ, ਤਨ ਮਜ਼ਾ ਦਾ ਕੱਲ ਘੜੀ ਸਾਰਾ ਵਾ ਕਰਮਜੀਤ ਤੇ ਇੱਕ ਉਹ ਕੀ ਨਾਮ ਆ ਜੇਠਾ ਲਾਲ, ਬੰਦੇ ਆ ਜੇਠਾ ਲਾਲ ਜੱਗਾ, ਆ ਤਾਂ ਨਾਟਕ ਦੇਖਦਾ ਰਹਿੰਦਾ, ਜੇਠਾਦਾਰ ਨੂੰ ਮੂਹਰੇ ਖਿੱਚ ਲਿਆ ਹੁੰਦਾ ਹੈਗਾ, ਉਹ ਹੈ ਹੀ ਜੇਠਾ ਲਾਲ ਹੀ ਆ, ਉਹ ਜੇਠਾ ਲਾਲ ਵਰਗਾ ਹੀ ਆ ਜੱਗਾ। ਹਾਂ
ਤੇ ਉਹ ਕੀ ਕਹਿੰਦਾ ਹਮਲਾ ਕਰਨ ਆ ਗਏ ਜਵਾਕਾਂ ਨੇ ਤਾਂ ਖੋਲਿਆ ਉਹਨੇ ਘੜੀਸਾ ਤੇ ਉਹਨੇ ਜੱਗੇ ਨੇ ਕੀ ਤੋਂ ਖੋਲੇ ਸਰਪੰਚ ਤੋਂ ਕਰਮਜੀਤ ਨੇ ਤੇ ਇਹਨੇ ਘੜੀਸੇ ਨੇ ਖੋਲੇ ਜਵਾਕਾਂ ਤੋਂ ਲੈ ਕੇ ਉਹ ਕਹਿੰਦਾ ਮੈਂ ਚਲਾਉਂਗਾ ਜੱਗਾ ਹਾਂ ਪਿਸਤੌਲ ਹਾਂ ਕਹਿੰਦਾ ਮੈਂ ਗੋਲੀ ਚਲਾਉਂਗਾ ਇਹਦੇ ਅੱਛਾ ਮੇਰੀ ਦੁਸ਼ਮਣੀ ਬਾਹਲੀ ਤਕੜੀ ਆ ਕਹਿੰਦਾ ਸਰਪੰਚ ਨਾਲ ਹਾਂ ਕਹਿੰਦਾ ਮੈਨੂੰ ਬੰਨ ਕੇ ਆਇਆ ਸੀ ਤੇ ਕਹਿੰਦਾ ਲੈ ਗੋਲੀ ਉਦੋਂ ਉਹ ਇੰਜ ਕਰਦੇ ਹੁੰਦੇ ਆ ਉਹ ਹੋ ਜਾਣਾ ਤੇ ਕਿਹੜੀ ਸਰ ਆਮ ਨੂੰ ਪੁੱਛ ਲਿਆ ਕਹਿੰਦਾ ਆਹ ਚੱਲੂ ਕਿਵੇਂ ਉਹਨੇ ਮਜ਼ਾਕ ਚ ਕਹਿੰਦਾ ਸਰਪੰਚ ਨੂੰ ਪੁੱਛ ਲਾ ਹੈ ਉਹ ਚੱਕ ਕੇ ਫੜ ਗਿਆ ਲੈ ਸਰਪੰਚ ਦੱਸੀ ਕਿਵੇਂ ਚਲਾਈ ਜਾਂਦਾ ਗੋਲ ਉਹ ਫੜ ਲਿਆ ਪਿਸਤੌਲ ਫੇਰ ਬਚ ਤਾਂ ਰਹਿ ਗਈ ਨਾ ਫਿਰ ਲੈ ਕੇ ਉਹ ਟਿੰਡੀਆਂ ਸੀ ਜੋ ਉਹਨੂੰ ਗੋਲੀ ਗਣੀ ਚਲਾਉਣੀ ਆਉਂਦੀ ਬਚ ਤਾਂ ਰਹਿ ਗਈ ਉਹ ਕਿਹੜਾ ਟ੍ਰੇਨ ਬਚ ਤਾਂ ਰਹਿ ਗਈ ਉਹ ਐਂ ਹੁੰਦਾ ਹੋਰ ਚੰਗੇ ਕੰਮ ਉੱਠ ਕੇ ਚੱਕ ਲਾ ਦਿੰਦੇ ਪਿਸਤੌਲ ਤਾਂ ਹੀ ਤਾਂ ਕਹਿਣਾ ਨਾ ਚੰਗੇ ਕੰਮ ਕਰਿਆ ਕਰ ਤੇ ਚੰਗਾ ਬੋਲਿਆ ਕਰ ਮੇਰੀ ਸੇਵਾ ਕਰਿਆ ਕਰ ਮੈਂ ਮਾੜਾ ਕੰਮ ਕਰਦੀ ਆ ਉਹ ਮਾੜਾ ਤੂੰ ਲੜਦੀ ਰਹਿਣੀ ਮੇਰੇ ਨਾਲ ਹਣਾ ਕਮਲ ਮੈਂ ਲੜਦੀ ਹੁੰਨੀ ਤੇਰੇ ਪਾਏ ਨਾਲ ਤੂੰ ਐ ਕਰਿਆ ਕਰ ਆਥਣ ਗੱਲ ਸੁਣ ਲੈ ਐਨੀ ਕਿਦਾ ਕਰ ਤੂੰ ਚੱਲਦੀ ਰਹਿ ਹਾਂ ਓਏ ਨਹੀਂ ਆਥਣ ਤੜਕੇ ਆਵਾਂ ਪਹਿਲਾਂ ਪੈਰ ਧੋਇਆ ਕਰ ਮੇਰੇ ਅੱਛਾ ਫਿਰ ਗਰਮ ਪਾਣੀ ਲਾਇਆ ਕਰ ਫਿਰ ਵਧੀਆ ਕੱਪੜੇ ਫੜਾਇਆ ਕਰ ਰਾਤ ਵਾਲਾ ਐ ਵਧੀਆ ਨਜ਼ਾਰੇ ਨਾਲ ਅੱਛਾ ਜੇ ਪੈਰ ਧੋਣ ਦੀ ਥਾਂ ਮੈਂ ਇਹਨੇ ਥੱਪੇ ਮਾਰਿਆ ਕਰਾਂ ਫੇਰ ਨਹੀਂ ਲੋਟੇਗਾ ਫਿਰ ਤੂੰ ਉਹ ਕਰ ਫਿਰ ਤੂੰ ਕੋ ਨਰਕਾਂ ਨੂੰ ਜਾਏਂਗੀ ਮੈਂ ਤਾਂ ਨਰਕਾਂ ਚ ਵਗ ਜਾ ਚੰਗਾ ਐ ਨਰਕਾਂ ਨੂੰ ਪਤਾ ਐਡੇ ਐਡੇ ਸੁੰਡ ਪੈਂਦੇ ਨਾ ਸੁੰਡ ਮੈਂ ਜਿੱਡੇ ਮਰਜੀ ਸੁੰਡ ਪਾਇਆ ਨਾ ਨਰਕ ਸਵਰਗ ਵੀ ਇੱਥੇ ਆ ਸਾਰੀ ਮੰਜੇ ਤੇ ਪੈਣਗੇ ਐਡੇ ਐਡੇ ਸੁੰਡ ਪੈਣਗੇ ਹਾਏ ਹਾਏ ਨਾ ਬਾਈ ਤੇਰੇ ਪੈਰਾਂ ਨਾਲ ਤਾਂ 100 ਦੁੱਗਣੇ ਸੋਹਣੇ ਨੇ ਮੇਰੇ ਪੈਰ ਦੇਖ ਲੈ ਪਹਿਲਾਂ ਆਪਦੇ ਓਏ ਨਹੀਂ ਬੁੱਢੀ ਉਮਰੇ ਬੰਦਾ ਬਿਮਾਰ ਹੁੰਦਾ ਹੁੰਦਾ ਤੇ ਇੰਨੀ ਉਮਰ ਤਾਂ ਮੇਰੀ ਹੋਣੀ ਨਹੀਂ ਮੈਂ ਤਾਂ ਪਹਿਲੇ ਹੀ ਮਰ ਜਾਊਂਗੀ ਆ ਤੂੰ ਮੈਨੂੰ ਬਿੰਦ ਕਿਉਂ ਮਾਰ ਦੇਂਗਾ ਕਹਿੰਦਾ ਨਾ ਮਰ ਗਈ ਉਹ ਤਾਂ ਜਦੋਂ ਮੈਂ ਕਿਸੇ ਦੇ ਘਰੇ ਜਾ ਵੜਦੀ ਆ ਬਿੰਦ ਚ ਦੀ ਮਾਰਦਾ ਨਾ ਉਹਨਾਂ ਤੂੰ ਮੈਨੂੰ ਮੈਂ ਤਾਂ ਕੋਈ ਨਹੀਂ ਕਿਹਾ ਕਿ ਹਾਂ ਜਦੋਂ ਮਰਨਾ ਤਾਂ ਮਾਰੀ ਜਾਏਂਗੇ ਟੈਕ ਦੋ ਤੈਨੂੰ ਆਏ ਹੋਏ ਆ ਤੀਜਾ ਕਦੋਂ ਆ ਕੇ ਉਹਦੀ ਮਰ ਸੁੱਖਾ ਸੁੱਖਿਆ ਕਰ ਵੀ ਨਾ ਛੇਤੀ ਆਵੇ ਟੈਕ ਚੰਗਾ ਕਮਲੇ ਤੇ ਹੋਰ ਵਿਆਹ ਕਰਦੀ ਚੰਗਾ ਹੁਣ ਕੋਈ ਮੈਂ ਪਹਿਲਾਂ ਤੋਂ ਖੜਾ ਸਮਾ ਛੜਾਈ ਜਾਂਦਾ ਹੋਰ ਪਹਿਲਾਂ ਤਾਂ ਤੈਨੂੰ ਖਾ ਲਿਆ ਮੈਂ ਲੁੱਟ ਕੇ ਅੱਛਾ ਕੰਠਾ ਕਰਾ ਕੇ ਪਾਤਾ ਮੈਨੂੰ ਤਾਂ ਲੈ ਕੈਂਠੇ ਨਾਲ ਫਿਰ ਕਿਹੜਾ ਤੂੰ ਚੁੱਪ ਕਰ ਚੇਂਗੇ ਕਿ ਤੇਰੇ ਮੂੰਹ ਤੇ ਲੱਗ ਜੂਗਾ ਕੈਂਠਾ ਕਰਕੇ ਬੋਲਣ ਹਟ ਜੇਂਗੇ ਬੋਲਣਾ ਤਾਂ ਮੈਂ ਫੇਰ ਵੀ ਹਟਦੀ ਚਾਹੇ ਤੂੰ ਮੇਰੀ ਜੀਭ ਵੜ ਦੇ ਲੈ ਫੇਰ ਵੀ ਹਲੋ ਆ ਦੇਖ ਆਏ ਕਾ ਮੈਨੂੰ ਗੁੱਸਾ ਚੜਾਉਂਦਾ ਮੈਨੂੰ ਇਹ ਨਾ ਫੇਰ ਕੋ ਕਮਲ ਕੀ ਖਾਦਾ ਸੀ ਬੇਬੇ ਨੇ ਇਹਦੇ ਵੇਲੇ ਮੈਨੂੰ ਤਾਂ ਆਪ ਨਹੀਂ ਪਤਾ ਭੈਣੇ ਕੁਛ ਤਾਂ ਖਾਦਾ ਹੋਣਾ ਮੇਰੇ ਮਾਂ ਤੇ ਆ ਜੂ ਲੈ ਹੋਰ ਉਹ ਉਹਨੂੰ ਤਾਂ ਬਖਸ਼ ਦੇ ਹੁਣ ਤਾਂ ਮਰ ਗਈ ਆ ਉਹ ਵਿਚਾਰੀ ਨੂੰ ਤਾਂ ਜਾਂਦੀ ਮੈਂ ਤਾਂ ਪੁੱਛਿਆ ਹੈਗਾ ਵੀ ਕੀ ਖਾਦਾ ਸੀਗਾ ਉਹਨੂੰ ਬੋ ਕਰ ਲੱਗ ਜੂ ਪਹਿਲਾਂ ਉਹਦੇ ਨਾਲ ਨਹੀਂ ਬਣਾ ਕੇ ਰੱਖੀ ਇਹਨੇ ਲੈ ਦੇਖ ਲੈ ਕਮਲ ਮੈਂ ਮਾਰੀਆ ਬੇਬੇ ਤੇ ਹੋਰ ਆ ਮੈਨੂੰ ਕਹਿੰਦੇ ਨਾ ਕਿ ਤੂੰ ਮਾਰੀਆ ਜਿੱਦ ਦੇ ਕੇ ਮੇਰੇ ਘਰੇ ਆਈ ਆ ਪਰ ਤੂੰ ਤਾਂ ਮਰਿਆ ਨਹੀਂ ਟੈਨਸ਼ਨ ਲੈ ਕੇ ਮਰ ਗਈ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਬੰਦੇ ਤਾਂ ਬੋਲਦੀ ਰਹਿੰਦੇ ਨਾ ਫਿਰ ਹਾਂ ਕਮਲ ਆ ਬੇਬੇ ਮਾਰਤੀ ਪਰ ਇਹ ਤਾਂ ਮਰਿਆ ਨਹੀਂ ਇਹ ਤਾਂ ਜਾਂਦਾ ਫਿਰਦਾ ਹੈਗਾ ਮੇਰਾ ਵੀ ਬਾਪੂ ਬਾਪੂ ਵੀ ਜਾਂਦਾ ਫਿਰਦਾ ਹੈਗਾ ਮੇਰਾ ਤਾਂ ਆਪ ਜੀ ਕਰਦਾ ਮਰਨ ਲਿਆ ਮਰਸਾ ਨਰਸੇ ਨਾਲ ਕਿਉਂ ਕਦੋਂ ਆ ਗਈ ਆਪੀ ਮਰ ਜੂਗਾ ਨਾ ਜੇ ਬਾਹਰ ਦੁਖੀਆਂ ਦਾ ਫਾਹਾ ਲੈ ਪੱਖੇ ਚ ਪਾਲਾ ਉੱਥੇ ਅੰਦਰ ਪਿਆ ਲਾਸ ਫਿਰ ਮੈਂ ਇੱਥੇ ਭੜਕਦਾ ਰਿਹਾ ਕਰੂੰਗਾ ਨੇ ਭੜਕਣ ਭੜਕਣ ਨਹੀਂ ਮੈਂ ਦਿੰਦੀ ਦੇ ਕੇ ਤੂੰ ਨਹੀਂ ਹੁਣ ਕੱਢ ਦੂੰ ਘਰੋਂ ਹਾਂ ਕੱਢ ਦੇਂਗੇ ਤੂੰ ਕੋਈ ਨਹੀਂ ਇੱਥੇ ਆ ਕੇ ਬਹਿ ਜਾ ਕਰੂੰਗਾ ਹੋਰ ਬਹਿ ਕੇ ਤਾਂ ਦੇਖੀ ਤੂੰ ਲੱਤਾਂ ਨਾਲ ਗਾਹ ਹੀ ਪਾ ਦਿਆ ਕਰੂੰ ਚੱਲ ਯਾਰ ਗੱਲਬਾਤ ਹੋਰ ਹੀ ਮਾਰੀ ਲੈ ਬਾਹਰੋਂ ਬੰਦਾ ਆਉਂਦਾ ਚਾਹ ਪਾਣੀ ਪੁੱਛਦਾ ਹੁੰਦਾ ਨਾ ਮੈਂ ਕਾ ਪੀ ਕੇ ਆਇਆ ਹੋਇਆਂਗਾ ਸਰਪੰਚ ਸਾਹਿਬ ਕੋਈ ਚਾਹ ਉਹ ਪੀ ਕੇ ਤਾਂ ਆਏ ਆ ਹੁਣ ਭੁੱਖ ਲੱਗੇ ਨਹੀਂ ਆਉਂਦੇ ਆਉਂਦੇ ਨੂੰ ਆਹੋ ਦਹਾਂ ਲੰਡਨ ਤੋਂ ਆਇਆਂਗਾ ਦੋ ਟਿੰਗਾਂ ਦੀ ਬਾਟ ਨਹੀਂ ਹੈਗੀ ਲੱਗ ਜਾਂਦੀ ਆ ਭੁੱਖ ਇਹਨਾਂ ਨੂੰ ਦੇਖ ਵੀ ਲਿਆ ਕਰ ਮਾੜਾ ਮੋਟਾ ਉਹੀ ਦਿਮਾਗ ਕਮਲ ਨੂੰ ਪਤਾ ਹੀ ਆ ਵੀ ਮੇਰਾ ਭਾਈ ਕਿੰਨੀ ਕੁ ਕਦਰ ਕਰਦਾ ਮੇਰੀ ਭਰਜਾਈ ਦੀ ਉਹ ਲੰਘ ਜਾ ਭੈਣੇ ਆ ਦੇਖ ਕਮਲ ਹਟਾ ਲੈ ਗਾਲਾਂ ਬੜੀਆਂ ਦਿੰਦਾ ਹੈਗਾ ਉਹ ਤੂੰ ਚਾਹ ਬਣਾ ਮੈਨੂੰ ਸੱਦਨੀ ਕਰ ਆਹੋ ਪਿਆਉਣੀਆਂ ਬੂਬਣਾ ਬਣਾ ਕੇ ਤੈਨੂੰ ਆ ਜਾ ਕੁੜੇ ਭਾਬੀ ਨਾ ਬੋਲਿਆ ਕਰ ਕਮਲ ਕੀ ਕਰਾਂ ਬਈ ਮੇਰੇ ਚਿੱਤ ਕਾਲੇ ਪੈਣ ਲੱਗਦਾ ਬੋਲਦਾ ਹੀ ਵਾਲਾ ਨਾਲ ਉਰੇ ਜਾ ਜਾ ਠੀਕ ਹੋ ਕੇ ਬੈਠ ਤੂੰ ਦੱਸ ਕੀ ਕਹਿੰਦਾ ਸੀ ਸਰਪੰਚ ਉਹ ਤਾਂ ਪਾ ਗਿਆ ਪੱਲੇ ਕਹਿਣਾ ਕੀ ਸੀ ਕੀ ਦੱਸਾਂ ਤੈਨੂੰ
ਮੈਂ ਤਾਂ ਚਰਨਾ ਸੋਨੂੰ ਆਖਣਾ ਹੁਣ ਭਾਈ ਆਪਦੀ ਅੱਗੇ ਦੀ ਜ਼ਿੰਦਗੀ ਬਾਰੇ ਸੋਚ ਕੇ ਨਹੀਂ। ਇਹ ਤਾਂ ਗੱਲ ਤੇਰੀ ਸਹੀ ਆ ਕਮਲ, ਕਾ ਭਾਈ ਤੂੰ ਜਵਾਕਾਂ ਬਾਰੇ ਸੋਚ, ਚੱਲ ਤੇਰੀ ਅੱਧੀ ਜ਼ਿੰਦਗੀ ਨਿਕਲ ਗਈ ਅੱਧੀ ਰਹਿ ਗਈ। ਫਿਰ ਉਹੀ ਤਾਂ ਗੱਲ ਹੈ ਤੇ ਆ ਕੋਈ ਦੇਖ ਲੈ ਮਹਿੰਗਾ ਸਸਤਾ ਜਿਹਾ ਹੋ ਜੂਗਾ ਰਿਸ਼ਤਾ। ਆਖਿਆ ਸੀ ਮਹਾ ਭਾਈ ਕੋਈ ਲੋੜਵੰਦ ਦੇਖ ਲੈਂਦੇ ਆ ਜਿਹੜੀ ਆਪਾਂ ਨੂੰ ਬੱਚਿਆਂ ਨੂੰ ਸਾਂਭੇ ਆਪਣਿਆਂ ਨੂੰ, ਮਹਾ ਆਪਾਂ ਗੱਲ ਖੋਲ ਲਾਂਗੇ ਪਹਿਲਾਂ। ਤੇ ਮੈਨੂੰ ਤਾਂ ਭੈਣੇ ਥੜੇ ਤੂੰ ਗੱਲ ਮੇਰੀ ਤਾਂ ਚੜਾਈ ਨੀ ਚਰਨ ਸੁਣੇ ਕਿਉਂ। ਹਾਂ ਲੈ ਮਾਂ ਕਹਿੰਦਾ ਆ ਕੀ ਕਹੀ ਜਾਂਦੀ ਹੈ ਤੂੰ। ਮੈਂ ਕਿਹਾ ਕਹਿਣਾ ਕੀ ਹੈ ਜਦ ਮੈਂ ਤੈਨੂੰ ਆਪ ਕਹਿੰਦੀ ਹਾਂ ਪੁੱਤ ਵੀ ਤੂੰ ਆਪਦੀ ਜ਼ਿੰਦਗੀ ਬਾਰੇ ਸੋਚ, ਆਪਦਾ ਘਰ ਵਸਾ ਦੂਜੀ ਵਾਰ, ਮੇਰੀ ਜਿਹਨੇ ਤਾਂ ਜੋ ਕਰਨਾ ਸੀ ਕਰਤਾ। ਹੁਣ ਤਾਂ ਕਹ ਤੈਨੂੰ ਅਸੀਂ ਆਪ ਕਹਿੰਦੇ ਹਾਂ, ਕੱਲ ਨੂੰ ਭਾਈ ਕਹਿ ਤੂੰ ਆਖੇਗਾ ਉਦੋਂ ਅਸੀਂ ਨੀ ਮੰਨਣੇ। ਉਹੀ ਤਾਂ ਗੱਲ ਹੈ, ਨਾ ਸੁੱਖਣਾ ਉਦੋਂ ਜਵਾਕ ਡਾਰ ਹੋ ਜਾਣਗੇ ਕਹਿ, ਫਿਰ ਸੋਹਣਾ ਨੀ ਲੱਗਦਾ। ਫਿਰ ਉਹੀ ਤਾਂ ਗੱਲ ਹੈ, ਹੁਣ ਤਾਂ ਉਮਰ ਹੈਗੀ ਹੈ ਭਾਬੀ, ਹੁਣ ਤਾਂ ਨਾ ਜਵਾਕ ਵੀ ਛੋਟੇ ਨੇ, ਚੱਲ ਉਹਦੇ ਚ ਪਿਆਰ ਪੈ ਜੂ ਵੀ ਸਾਡੂ ਕੋਈ ਮਾਂ ਹੈ। ਉਹੀ ਤਾਂ ਗੱਲ ਹੈ, ਚੱਲ ਜਦੋਂ ਬੱਚੇ ਵੱਡੇ ਹੋ ਗਏ ਫਿਰ ਉਹਦੀ ਗੱਲ, ਬੱਚਿਆਂ ਨੂੰ ਕੀ ਪਤਾ ਲੱਗੂ ਇਹ ਮਾਂ ਹੈ ਕਿ ਮਾਸੀ ਹੈਗੀ। ਸਹੀ ਗੱਲ ਹੈ ਭਾਬੀ ਤੇਰੀ, ਹੁਣ ਮੈਂ ਤਾਂ ਭਾਬੀ ਦੇਖ ਕਹਿ ਕੇ ਆਈ ਆ, ਮੱਥਾ ਫੋੜੀ ਕਰਕੇ ਆਈ ਆ ਉਹਦੇ ਨਾਲ, ਜੇ ਕੋਈ ਮੇਰੀ ਗੱਲ ਤੇ ਅਸਰ ਕਰੇ ਉਹ। ਹਾਂ ਕਿ ਨਹੀਂ, ਮੈਨੂੰ ਲੱਗਦਾ ਨਹੀਂ ਵੀ ਅਸਰ ਜੀ ਕਰ ਲੂਗਾ ਹਨਾ, ਛੇਤੀ ਛੇਤੀ ਜੇ ਆਪਦੀ ਬਾਹਲੀ ਚਲਾਉਂਦਾ ਸਰਪੰਚ। ਹਾਂ ਚਲਾਉਂਦਾ ਤਾਂ ਹੈਗਾ, ਇਹ ਤਾਂ ਗੱਲ ਹੈ। ਬੁਰਾ ਚਾਹੁੰਦੇ ਵੀ ਭਾਈ ਚੱਲ ਉਹ ਤਾਂ ਜਿਹਾ ਜਿਹਾ ਕੁਛ ਕਰ ਗਈ ਠੀਕ ਹੈ, ਤੂੰ ਆਪਦੀ ਨਵੀਂ ਜ਼ਿੰਦਗੀ ਵਸਾ ਲਾ, ਆਹ ਕਰਵਾ ਲਾ ਮਾੜਾ ਮੋਟਾ ਜਿਹਾ ਵਿਆਹ ਜਿਹੜਾ ਹੈਗਾ, ਚੁੰਨੀ ਚੜਾਵਾ ਜਿਹਾ ਕਰ ਲੂਗਾ, ਚੱਲ ਰੋਜ਼ ਕਿਹੜਾ ਕੋਈ ਕਰਾਉਂਦਾ ਸੋਹਣਾ ਲੱਗਦਾ ਵਿਆਹ। ਖੁੱਲ ਖੇਡ ਇਹਨੂੰ ਸੱਚੀ ਗੱਲ ਹੈ ਕਮਲ, ਲੇਡਾ ਜਾ ਹਈ ਖਰਾਬ ਇਹ ਤੇਰਾ ਭਾਈ। ਨਹੀਂ ਹੋਰ ਭਾਬੀ, ਫਿਰ ਹੁਣ ਮੈਂ ਤਾਂ ਨਾ ਭਾਈ ਨੂੰ ਕਹਿਣ ਜੋਗੀ ਆ ਕੁਛ। ਹਾਂ ਹੋਰ, ਤੇਰਾ ਤਾਂ ਭਾਈ ਆ, ਮੈਂ ਤਾਂ ਹਨਾ ਬਗਾਨੇ ਕਰਨ ਆਈ ਆ। ਨਹੀਂ ਭਾਬੀ ਆਏ ਨਾ ਕਹੇ, ਤੂੰ ਵੀ ਬਥੇਰੀ ਪਿਆਰੀ ਆ, ਗੱਲ ਕਰ ਗੱਲ ਦੀ ਵੀ, ਚੱਲ ਜਾ ਜਾ ਸੁਭਾਅ ਬਾਈ ਦਾ ਪਹਿਲੇ ਦਿਨ ਤੋਂ। ਮੈਂ ਤਾਂ ਹੀ ਕਿਹਾ ਸੀ ਚੱਲ ਉਹਨੂੰ, ਮੈਂ ਤਾਂ ਜਾਂਦੀ ਜਾਂਦੀ ਕਾਲੀ ਕਾਲੀ ਚ ਕਹੀ ਗਈ ਸੀ, ਮੈਂ ਤਾਂ ਤਾਈ ਕੇ ਭੋਗ ਤੇ ਚੱਲੀ ਹੈਗੀ, ਉਹਨਾਂ ਨੇ ਸਹਿਜ ਪਾਠ ਜਿਹਾ ਰਖਾਇਆ ਸੀਗਾ। ਹਾਂ ਤਾਂ ਮੈਨੂੰ ਲੱਗ ਗਿਆ ਸੀ, ਪਤਾ ਸੁਣ ਗਿਆ ਸੀ ਮੈਂ, ਹਜੇ ਜਾਏਗਾ ਦੋ ਦਿਨ ਕਮਲ ਨੂੰ ਛੱਡਿਆ ਹੀ ਆਪੇ ਮਨਾ ਲੂਗੀ। ਆਪਦੀ ਜ਼ਿੰਦਗੀ ਬਾਰੇ ਨੀ ਸੋਚਣਾ, ਬੱਚਿਆਂ ਦੀ ਜ਼ਿੰਦਗੀ ਬਾਰੇ ਤਾਂ ਸੋਚ ਲਾ ਕੇ ਪਾਉਂਗੀ ਭਾਬੀ ਜ਼ੋਰ। ਤੂੰ ਦੋ ਕੁ ਦਿਨ ਰਹੀ ਉੱਥੇ, ਇੱਥੇ ਤਾਂ ਮੈਂ ਆਪੇ ਸਾਰ ਨੂੰ ਕੰਮ ਕੁੰਮ ਨੂੰ ਨਾ ਗਾਉਣੀ ਤੂੰ ਨਾ। ਠੀਕ ਹੈ ਤੇਰੀ, ਪਹਿਲਾਂ ਦੇਖ ਕਿਹੜਾ ਮੈਂ ਤਾਂ ਇੱਥੋਂ ਕੰਮ ਕਰਾਉਂਦੀ ਸੀ ਹਨਾ, ਚੱਲ ਮੈਨੂੰ ਤਾਂ ਸਾਰਾ ਜਿਹਾ ਹੋ ਗਿਆ ਵੀ ਮੇਰਾ ਵੀ ਜੀ ਲੱਗਿਆ ਰਹਿੰਦਾ ਹੈਗਾ। ਹਾਂ ਇਹ ਤਾਂ ਤੇਰੀ ਗੱਲ ਸੀ, ਤੇ ਦੋ ਦਿਨ ਤੂੰ ਲਾਇਆ ਬਸ, ਦੋ ਦਿਨਾਂ ਤੋਂ ਵੱਧ ਨਾ ਲਾਈ ਭੈਣ, ਜੀ ਮੇਰਾ ਵੀ ਨੀ ਲੱਗਣਾ ਤੇਰੇ ਬਿਨਾਂ। ਚੱਲ ਕੋਈ ਨਾ, ਮੇਰੀ ਇੱਕ ਤਾਂ ਨਣਦ ਹੈਗੀ, ਇੰਨੇ ਦਿਨਾਂ ਬਾਅਦ ਆਈ ਹੈਗੀ, ਕੋਈ ਗੱਲ ਨੀ ਕਰਦੇ ਕੋਈ ਹੋਲ ਹੰਗਾਰੇ ਗੱਲ ਉਹਦੇ ਨਾਲ ਦੁਬਾਰਾ ਹਨਾ। ਤੇ ਸੱਚ ਮੈਂ ਸੁਣ ਚਾਹ ਬਣਾ ਕੇ ਦਵਾਂ, ਮੈਂ ਤਾਂ ਭੁੱਲ ਗਈ ਉਹ ਵੀ ਉੱਠ ਕੇ ਵਗ ਗਿਆ ਉਧਰ ਨੂੰ। ਚੱਲ ਬਣਾ ਲੈ ਫਿਰ, ਆਉਣੀ ਆ ਮੈਂ ਵੀ ਉੱਥੇ। ਹਾਂ ਤੂੰ ਉੱਥੇ ਆ ਜਾਈ, ਤੇ ਉਰੇ ਤਾਂ ਹਵਾ ਜੀ ਨੀ ਚੱਲਦੀ, ਤੱਤੀ ਲੋ ਚੱਲਦੀ ਆ, ਅੱਥੇ ਪੱਖੇ ਥੱਲੇ ਆ ਜਾਈ। ਚੰਗਾ ਚੰਗਾ, ਹੁਣ ਤਾਂ ਫਿਰ ਗਰਮੀ ਆ ਗਈ, ਹੁਣ ਤਾਂ ਹੀ ਲੋਆ ਪਿਆ ਕਰਨੀ। ਹੋਰ ਹੋਰ, ਮੈਂ ਬਣਾਉਣੀ ਆ ਚਾਹ, ਵਿਹੜਾਂ ਚ ਬੈਠਣਾ ਤਾਂ ਔਖਾ ਹੋ ਜਾ ਕਰੂਗਾ ਹੁਣ।